ਵਤਨੋਂ ਦੂ ਰੇਡੀਓ ਵਿ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂ ਰੇਡੀਓ ਸਿਰ ਚਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਚੀਨਾ ਆਪਣੀ ਕਾਮਯਾਬੀ ਦੇ ਨਾਲ ਇਥੋਂ ਦੀ ਧਰਤੀ ਤੇ ਇਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ ਦਸੰਨੇਜ਼ ਵਤਨੋਂ ਦੂਰ ਰੇਡੀਓ Listen live Vatnodu Radio with Sukhi nature What makes the festive season extra special? You guessed it right. Pizza Depot's range of specialty pizzas. From slices for a solo celebration to feasts for a large gathering. Get it all at Pizza Depot. Wishing you all a joyous festive season and a happy new year. ਉਨਾਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀ ਏ ਭਾਈ ਅੱਜ ਕਿੱਥੇ ਚੱਲੇ ਆ ਓਏ ਅੱਜ ਪੰਜਾਬ ਸਪੋਰਟਸ ਕੈਨੇਡਾ ਵਾਲਿਆਂ ਦੇ ਚੱਲਿਆ ਉੱਥੇ ਕੀ ਹੈ ਓਏ ਨੰਬਰ 1 ਟਰੈਕ ਸੂਟ ਅਤੇ ਸਪੋਰਟਸ ਦਾ ਹਰ ਤਰ੍ਹਾਂ ਦਾ ਸਮਾਨ ਸਪੋਰਟਸਲੀ ਹਰ ਤਰ੍ਹਾਂ ਦੀ ਯੂਨੀਫਾਰਮ ਸਕੂਲਾਂ ਲਈ ਬੱਚਿਆਂ ਦੀਆਂ ਖੂਬਸੂਰਤ ਵਰਦੀਆਂ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਪੰਜਾਬ ਸਪੋਰਟਸ ਕੈਨੇਡਾ 9057897664 ਤੇ ਹਰ ਦਿਲ ਰਜ਼ੀਦ ਬਲਵੀਰ ਸੰਧੂ ਨੂੰ ਹਮੇਸ਼ਾ ਯਾਦ ਰੱਖੋ ਆਪਣਾ ਟੇਸਟ ਦੀ ਗੱਲ ਕਰਨ ਲੱਗਿਆ ਜ਼ਰਾ ਧਿਆਨ ਦੇਣਾ ਆਪਣਾ ਟੇਸਟ ਗੁਲਾਬ ਜਾਮਣਾ ਇੱਕ ਕਾਕੇ ਹੁਣ ਕੁਝ ਨਹੀਂ ਬਣਨਾ ਟੂ ਫਲੇਵਰ ਵਾਲੀਆਂ ਨੇ ਰਸਮੜਾਈ ਟ੍ਰਾਈ ਦਾ ਫਸਟ ਵਨ ਸੈਕਿੰਡ ਵੀ ਆਈ ਆਪਣਾ ਟੇਸਟ ਦੀਆਂ ਕੀ ਬਾਤਾਂ ਐਨੇ ਦਿਲ ਸਾਡਾ ਜਿੱਤਿਆ ਕੀ ਬਾਤਾਂ ਗਰਲਜ਼ ਐਂਡ ਗਾਇਜ਼ ਆਊਟ ਲਿਸਨ ਟੂ ਮੀ ਆਜ ਤੁਸੀ ਵੀ ਸਮੋਸਾ ਐਂਡ ਸਵੀਟ ਫੈਕਟਰੀ ਆ ਆਪਣਾ ਟੇਸਟ ਫਰੈਸ਼ ਪ੍ਰੋਡਕਟਸ ਐਟ 올 ਲੀਡਿੰਗ ਗ੍ਰੋਸਰੀ ਸਟੋਰਸ ਆਪਣਾ ਟੇਸਟ ਬਾਈ ਸਮੋਸਾ ਐਂਡ ਸਵੀਟ ਫੈਕਟਰੀ ਦੋਸਤੋ ਤੁਹਾਡੇ ਸ਼ਹਿਰ ਚ ਖੁੱਲ ਗਿਆ ਇੱਕ ਅਜੀਹਾਂ ਸਲੂਨ ਜਿੱਥੇ ਬਿਨਾ ਕੈਂਚੀ ਦੇ ਤੁਹਾਡੀ ਦਾੜੀ ਕੱਲ ਕਿਤੀ ਜਾਵੇਗੀ ਜੀ ਹਾਂ ਅਮਨ ਕਲੀ ਬੀਅਰ ਇਸ ਸਲੂਨ ਚ ਤੁਹਾਡੀ ਦਾੜੀ ਤੇ ਕੁੰਡਲ ਪਾਈ ਜਾਂਦੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸੈੱਟ ਕੀਤੀ ਜਾਂਦੀ ਹੈ ਹੀ ਲੋਕੇਸ਼ਨ ਬ੍ਰਾਮਟਨ ਦੇ 136 ਡੈਕਰ ਹਾਲੋ ਸਰਕਲ ਦੇ ਵਿੱਚ ਹੈ The number 437 245 8500. TileTime TV Appliances and Furniture. Authorized dealers for all major brands. Guaranteed lowest prices. Showcasing the latest QLED, OLED, and LED TVs. Save up to 25% off on all barbecues and up to 30% off on all appliances. Interest refinancing available. Save up to 80% on all Ashley furniture, sofa sets, bed sets, and more. Visit any of our five locations within the GTA. For more, visit teletime.co. Are you going through a challenging time with your life? Pandit Nandhaji has experience in astrology, helping people by reading into their astrological charts along with future readings. The astrologer does reading of your face, palm, horoscope, vastu, planet, black magic removal. Evil spells and spirits, voodoo, spiritual healer, love, removes jadu, and many more. The astrologer has a center in Brampton with the name of Pandit Nandaji where you can visit him and find a solution to all your problems. Connect with him at 1 647 822 9607. ਮੌਰਗੇਜ ਮਿਹਲੇ ਛੇਤੀ ਤੇ ਟੈਨਸ਼ਨ ਹੋਵੇ ਘਟ ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ 16 ਸਾਲ ਤੋਂ ਵਦ ਐਕਸਪੀਰੀਅੰਸ ਤੇ ਆਰਪੀਸੀ ਨਾਲ ਟਾਪ ਪ੍ਰੋਡਿਊਸਰ ਰਹਿ ਚੁਕੇ ਪਰਮਿੰਦਰ ਮੰਗਟ ਹੁਣ ਆਪਣੀ ਮੌਰਗੇਜ ਲਾਇਸਟ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ ਸੈਲਫ এমਪਲੋਇਡ ਵਾਸਤੇ ਖਾਸ ਪ੍ਰੋਗਰਾਮ No last minute surprises First mortgage second mortgage private funds truck loans business loans ਸਾਰੇ ਹੀ ਕਮਲੇ ਇੱਕੋ ਨਾ ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘਟ Perminder Maget. 647-285-9119. Johnny Cheso Santali, Toso Pachasi, Akanwe Unni. Perminder Maget with Mortgage Alliance. Broker License Number 10530. Stevens Furniture have Big Boxing Day Sale. Purchase any item. Get a free gift by high-end brand name Canadian Made Furniture. Bedroom, dining room, sofa sets, luxury mattresses and accessories. 20 to 70% off. Big Boxing Day door pressure event se Milega special gift. Lots of savings for the holidays. Big Boxing Week sale. Come to Stevens Furniture. Happy holiday from all of us. Visit in store for much more. 905 Stevens Furniture. ਯਾਰ ਸਫਰ ਬਹੁਤ ਹੀ ਚੰਗਾ ਗੁਜ਼ਰਿਆ ਰੈਂਟਲ ਗੱਡੀ ਕੈਂਡ ਸੀਗੀ ਰੇਟ ਵਧੀਆ ਸਰਵਿਸ ਲਾਜਵਾਬ ਧੰਨਵਾਦ ਤੇਰਾ ਰੂਟਸ ਕਾਰ ਰੈਂਟਲ ਨਾ ਸੁਝਾਉਣ ਵਾਸਤੇ ਰੂਟਸ ਕਾਰ ਰੈਂਟਲ ਅਜ਼ਮਾ ਲਓ ਟੋਰਾਂਟੋ ਆਰਵਾ ਕੈਲਗਰੀ ਐਡਮੰਟਨ ਸਰੀ ਪੀਸੀ ਵਿਨੀਪੈਗ ਇੱਕ ਸੈਂਟਰਲਾਈਜ਼ਡ ਰੈਜ਼ਰਵੇਸ਼ਨ ਸਿਸਟਮ ਨਵੀਂ ਗੱਡੀਆਂ ਇਨਕਲੂਡਿੰਗ ਹਾਈ ਐਂਡ ਕਾਰਸ ਇੰਸ਼ੋਰੈਂਸ ਰਿਪਲੇਸਮੈਂਟ ਰੈਂਟਲਸ ਡੇਲੀ ਵੀਕਲੀ ਪਾਵੇ ਵਨਵੇ ਰੈਂਟਲ ਚੱਕੋ ਗੱਡੀ ਰੈਂਟ ਕਰਨੀ ਆ ਤਾਂ ਰੂਟਸ 9056779994 9056779994 @routes.ca ਉਟੀਐਸ ਗਾਲ ਕੀ ਕਿਤੇ ਵੀ ਜਾਓ ਜੇ ਚੰਨ ਚੋਂ ਚਾਨਣੀ ਮੁੱਕ ਜਾਵੇ ਸਾਗਰ ਚੋਂ ਪਾਣੀ ਸੁੱਕ ਜਾਵੇ ਹਰ ਦਿਲ ਦੀ ਧੜਕਣ ਰੁਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਰੌਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਰੇਡੀਓ ਜੀ ਆ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਹੀ ਪ੍ਰੋਗਰਾਮ ਬਤਨੋ ਦੂਰ ਦੇ ਵਿੱਚ ਤੁਸੀਂ ਟਿਊਨ ਇਨ ਕਰ ਚੁੱਕੇ ਹੈਗੇ ਹੋ 1320 ਫ੍ਰੀਕਵੈਂਸੀ ਔਰ ਜਿੱਥੇ ਸਾਡੀ ਵਾਰੀ ਆ ਗਈ ਹੈ ਜੀ ਬਤਨੋ ਦੂਰ ਦੀ ਮੇਰੇ ਵੱਲੋਂ ਜਾਨੀ ਕਿ ਪਵਨ ਤਲਵਾਰ ਵੱਲੋਂ ਤੁਹਾਡਾ ਦੋਸਤ ਤੁਹਾਡਾ ਹੋਸਟ ਦੇ ਵੱਲੋਂ ਬਹੁਤ ਪਿਆਰ ਭਰੀ ਨਿੱਗੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਟੋਰਾਂਟੋ ਉਮੀਦ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਹੋਵੋਗੇ ਬਹੁਤ ਹੀ ਵਧੀਆ ਹੋਵੋਗੇ ਔਰ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਜਾਏਗਾ ਸੋ ਇਸ ਸਾਰਿਆਂ ਸ਼ੁਭ ਕਾਮਨਾਵਾਂ ਦੇ ਨਾਲ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਜੀ ਇਹ ਸ਼ੁਰੂਆਤ ਕਰਦੇ ਹੈਗੇ ਆ ਸਮਾਂ ਹੋ ਗਿਆ ਜੀ ਸਟੂਡੀਓ ਦੇ ਘੜੀਆਂ ਦੇ ਵਿੱਚ 11:10 ਤੇ ਸਾਡਾ ਤੁਹਾਡਾ ਸਾਥ ਰਹੇਗਾ ਠੀਕ 12:00 ਵਜੇ ਤੱਕ ਸਾਡੇ ਤੋਂ ਪਹਿਲਾਂ ਤੁਸੀਂ ਚਾਲੂਆ ਸਾਹਿਬ ਦੇ ਨਾਲ ਪ੍ਰੋਗਰਾਮ ਸੁਣਿਆ ਔਰ ਹੁਣ ਵਾਰੀ ਆ ਗਈ ਹੈ ਵਤਨੋਂ ਦੂਰ ਦੀ ਟੀਮ ਸੁਖੀ ਨੀਜ਼ਰ ਤੁਹਾਡੇ ਲਈ ਹਾਜ਼ਰ ਹੋ ਗਈ ਹੈ ਜੀ ਵਤਨੋਂ ਦੂਰ ਪ੍ਰੋਗਰਾਮ ਲੈ ਕੇ ਜਿੱਥੇ ਆਪਾਂ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਹੈਗੇ ਆ ਔਰ ਪੰਜਾਬ ਤੋਂ ਲਾਈਵ ਖਬਰਾਂ ਜਿਹੜੀਆਂ ਜੀ ਉਹ ਵੀ ਤੁਹਾਡੇ ਲਈ ਲੈ ਕੇ ਆਉਂਦੇ ਨੇ ਮਨਪ੍ਰੀਤ ਹੋਣੀ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸੰਜ ਪਾਉਣੀ ਆ ਸਾਡਾ ਇੱਕੋ ਇੱਕ ਨੰਬਰ 9057990999 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਸਾਨੂੰ ਲਾਈਵ ਸੁਣਨਾ ਚਾਹਨੇ ਹੈਗੇ ਹੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਨਹੀਂ ਜਾਂ ਫਿਰ 1320 ਫ੍ਰੀਕੁਐਂਸੀ ਦੀ ਰੇਂਜ ਤੋਂ ਬਾਹਰ ਜਾ ਰਹੇ ਹੋ ਡਰਾਈਵ ਕਰ ਰਹੇ ਹੋ ਤੇ ਈ ਆਵਾਜ਼ ਐਪ ਜਿਹੜੀ ਹੈ ਜੀ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਵਾਈਫਾਈ ਦੇ ਜ਼ਰੀਏ ਚਾਹੇ ਤੁਸੀਂ ਯੂਐਸ ਤੋਂ ਚਾਹੇ ਇੰਡੀਆ ਤੁਸੀਂ 1320 ਫ੍ਰੀਕੁਐਂਸੀ ਦੇ ਉੱਤੇ ਆਉਂਦੇ ਸਾਰੇ ਹੀ ਪ੍ਰੋਗਰਾਮਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸੁਣ ਸਕਦੇ ਹੋ ਸਾਡੇ ਨਾਲ ਸਾਂਝ ਪਾਉਣੀ ਤੇ ਜੇ ਕੋਈ ਤੁਸੀਂ ਅਪਡੇਟ ਕਰਨੀ ਹੈਗੀ ਹੈ ਕੋਈ ਟ੍ਰਾਫਿਕ ਅਪਡੇਟ ਆ ਤੇ ਜਾਂ ਫਿਰ ਕਿਸੇ ਟਾਪਿਕ ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੈਗੇ ਹੋ ਤੇ ਤੁਹਾਡਾ ਆਪਣਾ ਪ੍ਰੋਗਰਾਮ ਆ ਤੁਸੀਂ ਸਾਡਾ ਪਰਿਵਾਰ ਹੈਗੇ ਹੋ ਤੇ ਤੁਸੀਂ ਸਾਡੇ ਨਾਲ ਕਿਸੇ ਵੀ ਗੱਲਬਾਤ ਦੇ ਉੱਤੇ ਸਾਂਝ ਪਾ ਸਕਦੇ ਹੋ 905 799 0999 ਉੱਤੇ ਗੱਲਬਾਤ ਜਿਹੜੀ ਹੈ ਜੀ ਹੋ ਸਕਦੀ ਆ ਔਰ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਆਉਂਦੇ ਨੇ ਜੀ ਵੈਦਰ ਅਪਡੇਟ ਸਾਡੇ ਟੀਮ ਦੇ ਮੈਂਬਰ ਰਮਨ ਜੀ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਰਮਜੀਤ ਵੈਲਕਮ ਟੂ ਯੂਰ ਓਨ ਸ਼ੋ ਜੀ ਪਾ ਮਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਾਡੇ ਜਿਹੜੇ ਸਾਨੂੰ YouTube, Radio ਤੇ Facebook ਤੇ ਦੇਖ ਰਹੇ ਨੇ ਤੇ ਸੁਣ ਵੀ ਰਹੇ ਨੇ ਜੀ ਤੇ ਵੈਦਰ ਰਿਪੋਰਟ ਦੀ ਜੇ ਗੱਲ ਕਰੀਏ ਪੋਜ਼ਿਟਿਵ ਹੁੰਦਾ ਹੁੰਦਾ ਟੈਂਪਰੇਚਰ ਅੱਜ ਮਾਈਨਸ ਦੇ ਵਿੱਚ ਹੋ ਹੀ ਗਿਆ ਜੀ ਮਾਈਨਸ 2 ਡਿਗਰੀ ਟੈਂਪਰੇਚਰ ਅੱਜ ਲੱਗਦਾ ਇਦਾਂ ਆ ਜਿਵੇਂ ਮਾਈਨਸ 8 ਡਿਗਰੀ ਹੋਵੇ ਰਸਤੇ 'ਚ ਆਉਂਦੇ ਹੋਣ ਦੇ ਬਹੁਤ ਠੰਡ ਲੱਗ ਰਹੀ ਸੀ ਤੇ ਜਿਹੜੀ ਰਾਤ ਦੀ ਜਿਹੜੀ ਸਨੋ ਪਈਆ ਹੁਣ ਸਾਨੂੰ ਪਤਾ ਲੱਗ ਗਿਆ ਕਿ ਵਾਕਈ ਅੱਜ ਬਹੁਤ ਠੰਡ ਹੋ ਗਿਆ ਕਿਉਂਕਿ ਜਿਹੜੀ ਲਾਸਟ ਟਾਈਮਸ স্নੋ ਪਈ ਸੀ ਉਹਦੇ ਨਾਲ ਤਾਂ ਇੰਨਾ ਫਰਕ ਨਹੀਂ ਪਿਆ ਸੀ ਠੰਡ ਨੂੰ ਮੌਸਮ ਠੀਕ ਠੀਕ ਸੀ ਆ ਕਿਉਂਕਿ ਬਹੁਤਿਆਂ ਦੇ ਕਾਲ ਆ ਗਏ ਸੀ ਮੈਡਮ ਵੈਦਰ ਨਹੀਂਹੀ ਦੱਸਿਆ ਤੇ ਹੁਣ ਉਦੋਂ ਤੋਂ ਲੱਗੇ ਘਰਾਂ ਨੂੰ ਹੱਥ ਮੇਰੇ ਤੇ ਮੈਂ ਹੁਣ ਵੈਦਰ ਬਿਲਕੁਲ ਸਹੀ ਦੱਸਦੀ ਆ ਜੀ ਤੇ ਪਮ ਜੀ ਪਰ ਜਿਹੜੀ ਰਾਤੀਸ ਨੂੰ ਪਈ ਹੈ ਤੇ ਉਹਦੇ ਨਾਲ ਵੈਦਰ ਬਹੁਤ ਜ਼ਿਆਦਾ ਚੇਂਜ ਆਇਆ ਵਾ ਅੱਜ ਦੇ ਵੈਦਰਸ ਤੇ ਮਾਈਨਸ ਕਾਫੀ ਚੱਲ ਰਿਹਾ ਤੇ ਠੰਡ ਹੱਥ ਸੁੰਨ ਹੋ ਰਹੇ ਨੇ ਤੇ ਜੇਕਰ ਅੱਜ ਸਾਰਾ ਦਿਨ ਦੀ ਗੱਲ ਕਰੀਏ ਤਾਂ ਸਾਰਾ ਦਿਨ ਟੈਂਪਰੇਚਰ ਹੈਣਾ ਮਾਈਨਸ 2 ਜਾਂ ਮਾਈਨਸ 1 ਹੀ ਰਹਿਣਾ ਆ ਤੇ ਕੱਲ ਧੁੱਪ ਨਿਕਲਣ ਬੱਦਲ ਛਾਈ ਰਹਿਣਗੇ ਜੀ ਜੀ ਬਿਲਕੁਲ ਔਰ तकरीबन जी दिसंबर दी 18 19 ਤਰੀਕ ਜਿਹੜੀ ਹੈਗੀ ਜੇ ਇਸ ਵੇਲੇ ਚੱਲਦੀ ਪਈ ਆ ਔਰ 19 ਤਰੀਕ ਆ ਜਾਪਾਂ ਆਲਰੇਡੀ ਸ਼ੁਰੂਆਤ ਕਰ ਚੁੱਕੇ ਹੈਗੇ ਆ ਤੇ ਮੈਨੂੰ ਲੱਗਦਾ ਕਿ ਜੀ ਜਿਵੇਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਹੁੰਦੇ ਸੀ ਨਾ ਕਿ ਜਿਹੜੀ ਠੰਡ ਹੈਗੀ ਆ ਉਹ 15ਕ ਦਸੰਬਰ ਤੋਂ ਬਾਅਦ ਆਉਂਦੀ ਹੁੰਦੀ ਸੀਗੀ ਤੇ ਮੈਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਵੀ ਜਿਹੜਾ ਮੌਸਮ ਹੈਗਾ ਆ ਉਹ ਅੱਜਕੱਲ ਉਸ ਤਰੀਕੇ ਨਾਲ ਹੋ ਗਿਆ ਕਿ ਹੁਣ ਇੱਥੇ ਵੀ ਜਿਹੜੀ ਜਿਹੜੀ ਜ਼ਿਆਦਾ ਵਿంటర్ ਹੈਗੀ ਆ ਉਹ 15ਕ ਦਸੰਬਰ ਤੋਂ ਬਾਅਦ ਆਪਾਂ ਸਮਝਣੇ ਸ਼ੁਰੂ ਕਰ ਲਈਏ ਵੀ 15 ਤੋਂ ਬਾਅਦ ਜਿਹੜੀ ਹੈਗੀ ਹੈ ਜੀ ਉਹ ਜੂਗੀ ਤੇ ਪਿਛਲੀ ਵਾਰ ਵੀ ਤਕਰੀਬਨ ਫੈਬਰੂਰੀ ਦੇ ਵਿੱਚ ਜਾ ਕੇ ਦੋ ਤਿੰਨ ਸਟਾਰਮ ਬੈਕ ਟੂ ਬੈਕ ਆਏ ਸੀਗੇ ਔਰ ਫੈਬਰੂਰੀ ਦੇ ਐਂਡ ਤੱਕ ਜਿਹੜਾ ਹੈਗਾ ਜੀ ਉਸ ਤੋਂ ਬਾਅਦ ਫਿਰ ਮਾਹੌਲ ਇੱਕ ਵਾਰੀ ਫਿਰ ਤੋਂ ਚੇਂਜ ਹੋਣਾ ਸ਼ੁਰੂ ਹੋ ਗਿਆ ਸੀ ਜੇ ਬਿਲਕੁਲ ਔਰ ਇਨਾ ਸਮਿਆਂ ਦੇ ਦੌਰਾਨ ਅਲਰਜੀ ਵੀ ਵਾਧੀ ਹੈਗੀ ਆ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਦਾ ਖਿਆਲ ਰੱਖੋ ਔਰ ਕਈਆਂ ਨੂੰ ਜਿਹੜੀ ਹੈਗੀ ਹੈ ਠੰਡ ਲੱਗਦੀ ਆ ਖੰਘ ਜੁਕਾਮ ਜਿਹੜਾ ਹੋ ਜਾਂਦਾ ਤੇ ਤੁਸੀਂ ਆਪਣਾ ਇਮਿਊਨ ਸਿਸਟਮ ਜਿਹੜਾ ਹੈਗਾ ਜੀ ਉਹਨੂੰ ਸਟਰੋਂਗ ਰੱਖੋ ਔਰ ਜ਼ਿਆਦਾ ਜਿਹੜਾ ਹੈਗਾ ਆ ਪਾਣੀ ਹੌਮ ਵਾਟਰ ਜਿਹੜਾ ਹੈਗਾ ਜੀ ਉਹ ਕਿੰਦੇ ਰੋ ਸੋ ਪ੍ਰੋਗਰਾਮ ਦੇ ਵਿੱਚ ਆਪਾਂ ਹੈਲਥ ਟਿਪਸ ਵੀ ਜਿਹੜੀਆਂ ਜੀ ਲੈ ਕੇ ਆਵਾਂਗੇ ਮਾਲਟਨ ਦੇ ਵਿੱਚ ਪੌਲ ਐਂਡ ਪੌਲ ਕਲੀਨਿਕ ਤੋਂ ਆਪਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਔਨਅਰ ਕਰਨ ਦੀ ਆ ਕਿ ਇਸ ਵੇਲੇ ਜਿਹੜੀਆਂ ਸਰਦੀ ਦੇ ਵਿੱਚ ਜਿਹੜੀਆਂ ਕੁਝ ਮੌਸਮ ਦੇ ਰੂਟੀਨ ਦੇ ਮੁਤਾਬਕ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਤੇ ਪ੍ਰੋਗਰਾਮ ਦੇ ਪ੍ਰਾਊਡ ਸਪੌਂਸਰ ਹੈਗੇ ਨੇ ਜੀ ਸਵੀਟ ਸਮੋਸਾ ਫੈਕਟਰੀ ਬ੍ਰਾਮਲੀਆ ਸੈਂਟਰਲ ਬੋਰਡ ਐਂਡ ਇਟੋ ਬਿਕੋਲੇ ਵਿਚ ਇਹਨਾਂ ਦੀਆਂ ਲੋਕੇਸ਼ਨਸ ਹੈਗੀਆਂ ਨੇ ਸਮੋਸਾ ਐਂਡ ਸਵੀਟ ਫੈਕਟਰੀ ਵਰਲਡ ਫੇਮਸ ਬ੍ਰਾਂਡ 416 213 11 65 ਔਰ ਵੁੱਡਬਾਈਂਡ ਬੈਂਕੇਟ ਹਾਲ ਅਲੀਸ਼ਾਨ ਬੈਂਕਟ ਹਾਲ 9054511500 ਇਹਦਾ ਆਪਣਾ ਹੋਟਲ ਹੈਗਾ ਆ ਤੁਸੀਂ ਆਪਣੇ ਮਹਿਮਾਨਾਂ ਨੂੰ ਉੱਥੇ ਠਹਿਰਾ ਵੀ ਸਕਦੇ ਹੋ वुਡਬੈਂਡ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਸੈਂਟਰ 9054511500 ਦੇ ਉੱਤੇ ਤੁਸੀਂ ਅਗਲੀ ਗੱਲਬਾਤ ਜਿਹੜੀ ਹੈ ਜੇ ਉਹ ਕਰ ਸਕਦੇ ਹੋ ਪ੍ਰਮੇਂਦਰ ਮਾਗੜ ਸਾਹਿਬ 6472859119 ਮਾਰਗੇਜ ਦਾ ਹੋਵੇ ਕੋਈ ਵੀ ਸਵਾਲ ਤੇ ਜਵਾਬ ਦੇਣਗੇ ਜੀ ਤੁਹਾਨੂੰ ਗਾਈਡ ਕਰਨਗੇ ਪ੍ਰਮੇਂਦਰ ਮਾਰਗਟ ਸਾਹਿਬ ਬਹੁਤ ਲੰਬਾ ਤਜਰਬਾ ਰੱਖਦੇ ਨੇ 6472859119 ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਕਾਫੀ ਅਪਡੇਟਸ ਜਿਹੜੀਆਂ ਜੀ ਕੈਨੇਡੀਅਨਸ ਮੀਡੀਆ ਤੋਂ ਵੀ ਆਈਆਂ ਹੋਈਆਂ ਨੇ 인ਫਲੇਸ਼ਨ ਦੀ ਰਿਪੋਰਟ ਜਿਹੜੀ ਆਈ ਆ ਉਹ ਵੀ ਦੱਸ ਰਹੀ ਆ ਕਿ 3.1% ਦੇ ਆਸ-ਪਾਸ ਚੱਲ ਰਹੀ ਆ ਲੇਕਿਨ ਕੈਨੇਡੀਅਨਸ ਨੂੰ ਜਿਹੜੀਆਂ ਗਰੋਸਰੀਜ਼ ਹੈਗੀਆਂ ਨੇ ਉਹਨਾਂ ਦੇ ਉੱਤੇ 4% ਤੋਂ ਜ਼ਿਆਦਾ ਦਾ ਜਿਹੜਾ ਖਰਚਾ ਹੈਗਾ ਉਹ ਕਰਨਾ ਪੈ ਰਿਹਾ ਤੇ ਆਮ ਜਿਹੜੀ ਆ ਜੇ ਇਹ ਧਾਰਨਾ ਬਣ ਰਹੀ ਹੈਗੀ ਆ ਕਿ ਜਿਹੜਾ ਮੀਡਲ ਕਲਾਸ ਕੈਨੇਡੀਅਨ ਹੈਗਾ ਆ ਉਹ ਇਸ ਵਿਲੇ ਸਰਵਾਈਵਲ ਦੇ ਮੋਡ ਦੇ ਵਿੱਚ ਚੱਲਦਾ ਪਿਆ ਤਕਰੀਬਨ 45% ਕੈਨੇਡੀਅਨਸ ਦਾ ਇਹ ਆਈਡੀਆ ਹੈਗਾ ਆ ਕਿ ਉਹਨਾਂ ਦੇ ਕੋਲ ਇਸ ਵੇਲੇ ਸਰਵਾਈਵਲ ਚੱਲਦਾ ਪਿਆ ਮਤਲਬ ਕਿ ਜਿਹੜੇ ਉਹਨਾਂ ਦੇ ਖਰਚੇ ਹੈਗੇ ਨੇ ਉਹੀ ਪੂਰੇ ਹੋ ਪਾ ਰਹੇ ਨੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੀ ਸੇਵਿੰਗਸ ਜਿਹੜੀ ਹੈਗੀ ਹੈ ਜੀ ਕੋਈ ਵੀ ਨਹੀਂ ਹੋ ਪਾ ਰਹੀ ਸੋ ਇਸ ਤਰੀਕੇ ਦੇ ਨਾਲ ਕਹਿੰਦਾ ਜੀ ਸਰਵੇ ਇਹ ਆ ਰਹੇ ਨੇ ਕਿ ਆ ਜਿਹੜਾ ਸਮਾਂ ਚੱਲ ਰਿਹਾ ਹੈਗਾ ਆ ਇਹ ਕੈਨੇਡੀਅਨਸ ਦੇ ਲਈ ਬਹੁਤ ਜਿਹੜੇ ਕੈਨੇਡੀਅਨਸ ਕਿਉਂਕਿ ਆਪਾਂ ਸਮਝਦੇ ਹੈਗੇ ਆ ਕਿ ਇਹ ਇਮੀਗ੍ਰੈਂਟ ਕੰਟਰੀ ਆ ਕੋਈ ਲੋਕ 5 ਸਾਲ 7 ਸਾਲ 10 ਸਾਲ ਪਹਿਲਾਂ ਆਏ ਸੀਗੇ ਤੇ ਲੇਕਿਨ ਜਿਹੜਾ ਆਹ ਔਰ ਚੱਲਦਾ ਪਿਆ 2023 ਦਾ ਲਾਲੀਏ ਇਹਦੇ ਵਿੱਚ ਜੋ ਵੀ ਇਸ ਵੇਲੇ ਮਾਰਕੀਟ ਦੀ ਜਿਹੜੀ ਮੰਦੀ ਆ ਉਹਦੇ ਕਰਕੇ ਕੈਨੇਡੀਅਨਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਔਰ ਉਹਨਾਂ ਦਾ ਮੰਨਣਾ ਹੈਗਾ ਆ ਕਿ ਇਹ ਜਿਹੜਾ ਟਾਈਮ ਹੈਗਾ ਆ ਜਾਂ ਇਹੋ ਜੀ ਇਕਨੋਮੀ ਜਿਹੜੀ ਆ ਉਹਨਾਂ ਨੇ ਪਹਿਲਾਂ ਨਹੀਂ ਦੇਖੀ ਜਿਹਦੇ ਕਰਕੇ ਇਸ ਵੇਲੇ ਕੈਨੇਡੀਅਨ ਜਿਹੜੇ ਹੈਗੇ ਨੇ ਜੀ ਉਹ ਅੰਡਰ ਸਟ्रेस ਹੈਗੇ ਨੇ ਤੇ ਇਹਨਾਂ ਕਰਕੇ ਔਰ ਜਿਹੜੀ ਹੁਣ ਨਵੀਆਂ ਰਿਪੋਰਟਸ ਵੀ ਜਿਹੜੀਆਂ ਆ ਰਹੀਆਂ ਹੈਗੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਅਜੇ ਇਨਫਲੇਸ਼ਨ ਨਹੀਂ ਕੰਟਰੋਲ ਦੇ ਵਿੱਚ ਆ ਰਹੀ ਹੈਗੀ ਤੇ ਬਹੁਤ ਜਲਦੀ ਵੀ ਅਜੇ ਕੋਈ ਇਦਾਂ ਦੇ ਸੰਕੇਤ ਨਹੀਂ ਹੈਗੇ ਕਿ ਜਿਹਦੇ ਵਿੱਚ ਜਿਹੜੇ ਮਾਰਗੇਜ ਦੇ ਰੇਟ ਜਿਹੜੇ ਹੈਗੇ ਆ ਉਹ ਕੱਟ ਹੋ ਸਕਦੇ ਨੇ ਸੋ ਹੁਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਕੁਝ ਹੋਰ ਖਬਰਾਂ ਵੀ ਸਾਡੇ ਨਾਲ ਜਿਹੜੀਆਂ ਹੈਗੀਆਂ ਜੀ ਐਕਸਕਲੂਸਿਵ ਸਟੋਰੀ ਆਪਾਂ ਕਵਰ ਕਰਾਂਗੇ ਅੱਜ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਦੱਸਿਆ ਸੀਗਾ ਸਾਡੇ ਇੱਕ ਦੋਸਤ ਹੈਗੇ ਨੇ ਉਹਨਾਂ ਦੀ ਜਿਹੜੀ ਐਸਯੂਵੀ ਹੈਗੀ ਆ ਜੀ ਉਹ ਚੋਰੀ ਹੋਈ ਸੀਗੀ ਤੇ ਉਸ ਤੋਂ ਬਾਅਦ ਵਿਥਿਨ 3-4 ਘੰਟਿਆਂ ਦੇ ਵਿੱਚ ਹੀ ਜਿਹੜੀ ਉਹਦੀ ਬਰਾਮਦਗੀ ਹੋਈ ਹੈਗੀ ਆ ਉਹ ਸਟੋਰੀ ਅੱਜ ਸਾਰੀ ਆਪਾਂ ਕਰਾਂਗੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਔਰ ਜੋ ਬ੍ਰੈਮਟਨ ਮਿਸਿਸਾਗਾ ਦੇ ਵਿੱਚ ਐਵਰੇਜ ਜਿਹੜੀ ਹੈ ਜੀ ਨਵੰਬਰ ਦੇ ਮਹੀਨੇ ਦੇ ਵਿੱਚ 500 ਤੋਂ ਜ਼ਿਆਦਾ ਗੱਡੀਆਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਪਰ ਅਗੇਨ ਅਜੇ ਤੱਕ ਵੀ ਜੋ ਡਾਟਾ ਆ ਰਿਹਾ ਹੈਗਾ ਯਾਰ ਰਮਨ ਇਹਦੇ ਵਿੱਚ 150 ਤੋਂ ਜ਼ਿਆਦਾ ਜਿਹੜੇ ਸਾਡੇ ਪੰਜਾਬੀ ਰੈਸਟ ਹੋ ਚੁੱਕੇ ਨੇ ਉਹ ਉਸ ਵੇਲੇ ਬੇਲ ਤੇ ਹੈਗੇ ਨੇ ਲੇਕਿਨ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੀਆਂ ਜੀ ਇਹਨਾਂ ਚੀਜ਼ਾਂ ਨੂੰ ਨਾਥ ਨਹੀਂ ਪਾ ਜਾਈ ਪਾਈ ਜਾ ਰਹੀ ਕਿੱਥੇ ਕਮੀ ਰਹਿ ਰਹੀ ਹੈਗੀ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਔਰ ਕਿਵੇਂ ਇਹ ਗੱਡੀ ਚੋਰੀ ਹੋਈ ਤੇ ਕਿਵੇਂ ਇਹ ਗੱਡੀ ਬਰਾਮਦ ਹੋਈ ਅੱਗੇ ਚੱਲ ਕੇ ਆਪਾਂ ਜਿਹੜਾ ਜੀ ਉਹਨਾਂ ਦੇ ਨਾਲ ਸਾਂਝ ਪਾਵਾਂਗੇ ਸਾਡੇ ਸਟੂਡੀਓ ਦੇ ਵਿੱਚ ਉਹ ਪਹੁੰਚਣਗੇ ਤੇ ਆਪਾਂ ਸਾਰੀ ਜਿਹੜੀ ਜੀ ਲਾਈਵ ਟੈਲੀਕਾਸਟ ਜਿਹੜਾ ਉਹ ਕਰਾਂਗੇ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਹੈਗਾ ਔਰ ਸਟੂਡੀਓ ਦਾ ਨੰਬਰ ਹਮੇਸ਼ਾ ਦੀ ਤਰ੍ਹਾਂ 905 799 0999 ਦੇ ਉੱਤੇ ਗੱਲਬਾਤ ਹੋ ਸਕਦੀ ਜਾ ਜੀਰਮਨ ਪਮਨ ਜੀ ਕਹਿੰਦੇ ਨਾ ਵੀ ਦਿਲ ਚੋਰੀ ਕੀਤਾ ਤਾਂ ਚੰਗਾ ਚੰਗਾਈ ਜੀ ਦਿਲ ਚੋਰੀ ਕੀਤਾ ਤਾਂ ਚੰਗਾ ਏ ਪਰ ਚੀਜ਼ ਚਾਹੇ ਹੋਵੇ ਲੱਕ ਦੀ ਤੇ ਜਾ ਹੋਵੇ ਕੱਖ ਦੀ ਹਾਂਜੀ ਚੋਰੀ ਕਰਨਾ ਗੁਨਾਹ ਏ ਚੋਰੀ ਚਾਹੇ ਜਿਵੇਂ ਦੀ ਮਰਜ਼ੀ ਹੋਵੇ ਬਿਲਕੁਲ ਗੁਨਾਹ ਏ ਜੀ ਤੇ ਪਮਨ ਜੀ ਕਈ ਚੋਰੀਆਂ ਤਾਂ ਚਲੋ ਕਈ ਚੋਰੀਆਂ ਹੋਵੇ ਜਾਂ ਐਕਸੀਡੈਂਟ ਕਈ ਤਾਂ ਜਾਣਬੁੱਝ ਕੇ ਕੀਤੇ ਜਾਂਦੇ ਨੇ ਤੇ ਕਈ ਅਣਗਹਿਲੀ ਦੇ ਵਿੱਚ ਹੋ ਜਾਂਦੇ ਨੇ ਜੇ ਮੈਂ ਐਕਸੀਡੈਂਟਸ ਦੀ ਗੱਲ ਕਰਾਂ ਤੇ ਕੱਲ ਦੀ ਜਿਹੜੀ ਤਾਜ਼ਾ ਖ਼ਬਰ ਆਪਾਂ ਡਿਸਕਸ ਕਰਦੇ ਹਾਂ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇ ਗੱਡੀ ਪਲਟੀ ਗਈ ਤੇ ਉਹਦਾ ਐਕਸੀਡੈਂਟ ਹੋ ਗਿਆ ਬਹੁਤ ਬੁਰੇ ਤਰੀਕੇ ਦੇ ਨਾਲ ਲੋਕ ਵੀ ਜ਼ਖਮੀ ਹੋਏ ਨੇ ਹਾਲਾਂਕਿ ਇੰਨੀ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਪਰ ਕਿਤੇ ਨਾ ਕਿਤੇ ਫੇਰ ਵੀ ਜ਼ਖਮੀ ਜ਼ਰੂਰ ਹੋਏ ਨੇ ਤੇ ਕੱਲ ਜਿਹੜੀ ਸੋਮਵਾਰ ਦੀ ਖ਼ਬਰ ਆਪਾਂ ਵਿਸਤਾਰ ਜ਼ਰੂਰ ਸਾਂਝੀ ਕਰਦੇ ਹਾਂ ਜੀ ਕੱਲ ਸੋਮਵਾਰ ਈਟੂ ਬੀ ਕੋ ਵਿੱਚ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇ ਕਾਰ ਦਾ ਐਕ ਕुलिसਨ ਦੱਸਿਆ ਕਿ ਕੱਲ੍ਹ ਸਵੇਰੇ 5:30 ਵਜੇ ਦੇ ਨੇੜੇ ਤੇੜੇ ਈਵਾ ਰੋਡ ਤੇ ਹਾਈਵੇ 427 ਦੇ ਨੇੜੇ ਟੋਰੰਟੋ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਾਣਕਾਰੀ ਦੇ ਅਨੁਸਾਰ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤੇ ਕਾਰ ਈਵਾ ਰੋਡ ਉੱਤੇ ਇੱਕ ਰਿਹਾਇਸ਼ੀ ਬਿਲਡਿੰਗ ਕੋਲ ਪਲਟ ਗਈ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਮੌਕੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਦੋ ਵਿਅਕਤੀਆਂ ਤੇ ਪੁਲਿਸ ਅਧਿਕਾਰੀ ਨੂੰ ਮਾਮੂਲੀ ਜ਼ਖਮੀ ਹੋਣ ਕਾਰਨ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤੇ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਜੀ ਪਮਨ ਜੀ ਉਹੀ ਗੱਲ ਮੈਂ ਕਰ ਰਹੀ ਸੀ ਕਿ ਜਿਹੜੇ ਕਈ ਐਕਸੀਡੈਂਟ ਦਾ ਕਈ ਜੇ ਜਾਣ ਬੁਝਕੇ ਹਣ ਪੰਗੇ ਲੈਂਦੇ ਲੋਕ ਖੁਦ ਕਰਦੇ ਨੇ ਤੇ ਹੁਣ ਤੁਸੀਂ ਇੱਥੇ ਦੇਖੋ ਵੀ ਜਿਹੜੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਕੇ ਉਹਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਗੱਡੀ ਪਲਟ ਗਈ ਕੀ ਹੋਇਆ ਜ਼ਖਮੀ ਹੋ ਗਿਆ ਆਪ ਦਾ ਖੁੱਦ ਦਾ ਨੁਕਸਾਨ ਹੋਇਆ ਤੇ ਨਾਲ ਦੇ ਨਾਲ ਪੁਲਿਸ ਵਾਲਿਆਂ ਦਾ ਵੀ ਕੀਤਾ ਗਿਆ ਜੀ ਬਿਲਕੁਲ ਜਿੱਥੇ ਤੁਹਾਡੇ ਇੱਕ ਇੱਕ ਦੋ ਚਾਰजेस ਦੇ ਨਾਲ ਤੁਹਾਡਾ ਗ੍ਰਿਫਤਾਰੀ ਹੋ ਜਾਣੀ ਸੀਗੀ ਤੁਸੀਂ ਮਲਟੀਪਲ ਜਿਹੜੇ ਚਾਰजेस ਆਪਣੇ ਉੱਪਰ ਲਗਵਾਏ ਤੇ ਉਹਨਾਂ ਦੇ ਨਾਲ ਫਿਰ ਤੁਹਾਡੀ ਗ੍ਰਿਫਤਾਰੀ ਹੋ ਜੀ ਇਹੋ ਜਿਹੀਆਂ ਗੱਲਾਂ ਹੈਗੀਆਂ ਨੇ ਜੀ ਕਿ ਬਹੁਤ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਤੇ ਆਪਾਂ ਇੱਕ ਰਿਕਾਰਡਡ ਬ੍ਰੇਕ ਲੈਨੇ ਹੈਗੇ ਜੀ ਕਮਰਸ਼ੀਅਲ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਸਟੋਰੀ ਜਿਹੜੀ ਹੈਗੀ ਹੈ ਜੋ ਆਪਾਂ ਕਵਰ ਕਰਾਂਗੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਕਿਧਰੇ ਨਹੀਂ ਜਾਣਾ ਤੇ ਆਪਾਂ ਬਹੁਤ ਜ समाधान जैसे बिजनेस हेल्थ फैमिली डिप्रेशन मैरिज वेल्थ या ड्रिंकिंग के निवारण के लिए पंडित नंदा जी के पास आए जो कि एक्सपर्ट हैं पाम रीडिंग में एंड रिमूविंग ऑफ ब्लैक मैजिक इविल स्पिरिट्स एंड जादू सलाह के लिए कॉल करें वर्ल्ड फेमस एस्ट्रोलॉजी नंदा जी को सिक्स फोर सेवन एट टू टू नाइन सिक्स जीरो सेवन दैट सिक्स फोर सेवन एट टू टू नाइन सिक्स जीरो सेवन लोकेटेड एट क्वीन कैनेडी टू वन टू क्वीन स्ट्रीट ईस्ट इन ब्रैमटन ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਏਸਟੇਟ ਦੇ ਸਾਈਨਸ ਬੈਨਰਸ ਦੇ ਵਾਸਤੇ ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੇਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਿਡ ਹਨ ਬ੍ਰੈਮਟਨ ਦੇ ਵਿੱਚ ਉਹਨਾਂ ਦਾ ਫੋਨ ਨੰਬਰ ਹੈ 9054585956905465298 जब सब कुछ तुमने पा लिया लाइफ को बेटर बना लिया फिर गुड फ्यूचर करो टांगरी इंश्योरेंस टीम से टॉक करो जस्ट कॉल 9054051200। टांगरी इंश्योरेंस एंड फाइनेंशियल ग्रुप की टीम में शामिल एक्सपीरियंस्ड अकाउंटेंट्स एंड लॉयर्स दिखाते हैं आपको आपकी वेल्थ का फ्यूचर एंड एस्टेट प्लानिंग करके आपके आने वाले वक्त को बनाते हैं बेमिसाल टांगरी इंश्योरेंस एंड फाइनेंशियल ग्रुप सर्विंग यू सिंस मोर देन थर्टी फाइव इ All your insurance and financial needs. Just call 905 405 1200. We calculate and We know you have a choice when it comes to renting a car. So why Zoom rent a car? First and foremost is our price guarantee. We have the lowest possible prices, and if you find a comparable rental at a lower price, we will beat it by at least 5%. We have late model cars and trucks, and we have a line of more exotic vehicles for those special occasions. We also have insurance replacements and are available 24 7 at your service. You make the call, Zoom will be there. Zoom Rent a Car. Think Zoom. मेनू दसो तुसी किसे ते परोसा की में करोगे hmm, पहले मैं उसकी प्रोफाइल चेक करांगा उसका एक्सपीरियंस बैकग्राउंड ते ऑफ कोर्स रिव्यूज भी देखांगा ओ बस 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 फिर ता मैं बिल्कुल सही डिसीजन लिया है मैं चुनी है सुखी निजर सेल्स पर्सन फ्रॉम कोल्डवेल बैंकर सन रियल्टी जेकर तुनु भी है परोसे दी लोड ता एहे नंबर रख लो अपने कोल 4168030999 अच्छा वरुण टेल मी हाउ डू यू ट्रस्ट एनीवन मैं पहले उनकी प्रोफाइल चेक करूंगा उनका एक्सपीरियंस बैकग्राउंड एंड ऑफ कोर्स रिव्यूज देखूंगा अरे वाह फिर तो मैंने बिल्कुल सही डिसीजन लिया है आई हैव चोज सुखी निजर सेल्स पर्सन फ्रॉम गोल्डवेल और सन रियल्टी अगर आपको भी है भरोसे की तलाश तो ये नंबर रख लो अपने पास 4168030999 ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ ਯਾਦਾਂ ਦੇ ਰਾ ਸੁਲਤਾਨੀ ਜਾਣ ਆ ਹੁਂ ਜੀ ਜੀ ਸ਼ਸ਼ੀਕਾਲ ਜੀ ਮੈਂ ਸਦਨਦੀਪ ਸੋ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਸੁਖੀ ਨਿਚਰ ਦੇ ਨਾਲ ਲਿਸਨ ਲਾਈਵ ਵਤਨੋਂ ਦੂਰ ਰੇਡੀਓ ਵਿਦ ਸੁਖੀ ਨਿਚਰ ਜੀ ਆਇਆਂ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਹੀ ਪ੍ਰੋਗਰਾਮ ਵਤਨੋਂ ਦੂਰ ਤੇ ਵਿੱਚ ਔਰ ਜਿਵੇਂ ਕਿ ਆਪਾਂ ਗੱਲਬਾਤ ਕਰ ਰਏ ਸੀਗੇ ਕਿ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਮਨਜੀਤ ਸਿੰਘ ਬੀਰ ਜੀ ਔਰ ਜਿਨ੍ਹਾਂ ਦੀ ਗੱਡੀ ਜਿਹੜੀ ਹੈਗੀ ਹੈ ਜੀ ਪਰਸੋਂ ਸਵੇਰੇ ਚੋਰੀ ਹੋਈ ਸੀਗੀ ਉਹਨਾਂ ਦੇ ਡਰਾਈਵਵੇ ਦੇ ਉੱਤੋਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਮਨਜੀਤ ਜੀ ਤੁਹਾਡਾ ਬਹੁਤ-ਬਹੁਤ ਵਤਨੋਂ ਦੂਰ ਦੇ ਇਸ ਸੈਗਮੈਂਟ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਮਨਜੀਤ ਜੀ ਗੱਲਬਾਤ ਆਪਾਂ ਜਿਵੇਂ ਕਿ ਤੁਹਾਡੇ ਨਾਲ ਮੇਰੀ ਔਨ 에ਅਰ ਤੇ ਆਫ 에ਅਰ ਗੱਲਬਾਤ ਹੋ ਰਹੀ ਹੈਗੀ ਆ ਕਿ ਤੁਸੀਂ ਆਪਾਂ ਪਾਰਟੀ ਦੇ ਵਿੱਚ ਇਕੱਠੇ ਸੀਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਰਾਤ ਜਦੋਂ ਚਲੇ ਗਏ ਤੇ ਸਵੇਰੇ ਤੁਸੀਂ ਜਦੋਂ ਦੇਖਿਆ ਸਵੇਰੇ ਉੱਠ ਕੇ ਕਿ ਗੱਡੀ ਜਿਹੜੀ ਹੈਗੀ ਜੀ ਤੁਹਾਡੀ ਤੁਹਾਡੀ ਡਰਾਈਵਵੇ ਦੇ ਉੱਤੇ ਨਹੀਂ ਸੀਗੀ ਤੇ ਤੁਹਾਨੂੰ ਉਦੋਂ ਹੀ ਸਦੋਂ ਸਵੇਰੇ ਉੱਠੇ ਉਦੋਂ ਹੀ ਪਤਾ ਲੱਗਾ ਕਿ ਗੱਡੀ ਤੁਹਾਡੀ ਡਰਾਈਵਵੇ ਤੇ ਨਹੀਂ ਹੈਗੀ ਤੇ ਗੱਡੀ ਚੋਰੀ ਹੋਈ ਹੈ ਪਹਿਲਾਂ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਵਤਨੂਦੂ ਰੇਡੀਓ ਦੀ ਸਾਰੀ ਟੀਮ ਦਾ ਹਾਂਜੀ ਸਾਰੀ ਟੀਮ ਦਾ ਬੜਾ ਧੰਨਵਾਦ ਕਰਦਾ ਕਿ ਇਹਨਾਂ ਨੂੰ ਮੇਰੇ ਇਸ ਇਨਸੀਡੈਂਟ ਦਾ ਪਤਾ ਲੱਗਾ ਔਰ ਇਹਨਾਂ ਨੇ ਹਾਂਜੀ ਸਾਰੀ ਬਰਾਮਤਨ ਦੀ ਅਪੀਲ ਦੀ ਸਾਰੀ ਜੋ ਵੀ ਆਪਣੇ ਰੈ residencs ਸਾਰਿਆਂ ਨੂੰ ਵੇਰ ਕੀਤਾ ਕਿ ਇਹ ਹਾਂਜੀ ਕੀ ਹੋ ਰਿਹਾ ਤੁਹਾਡੇ ਪੀਰ ਰੀਜਨ ਦੇ ਵਿੱਚ ਹਾਂਜੀ ਮੈਂ ਸੁਖੀ ਨੀਦਰ ਸਾਹਿਬ ਪਵੰਦੀ ਤਲਵਾਰ ਜੀ ਜਿਹੜੇ ਵੀ ਸਾਡੇ ਬਹੁਤ ਵਧੀਆ ਮੇਰੇ ਨਿੱਤਰ ਨੇ ਵੀ ਮੇਰੇ ਨਾਲ ਉਸ ਦਿਨ ਸੈਟਰਡੇ ਪਾਰਟੀ ਤੇ ਸੀਗੇ ਹਾਂਜੀ ਬੜਾ ਵਧੀਆ ਸਾਡਾ ਡੇ ਸੀ ਅਸੀਂ ਉਹ ਪਾਰਟੀ ਇੰਜੋਏ ਕੀਤੀ ਜਦੋਂ ਮੈਂ ਸਵੇਰੇ ਉੱਠਿਆ ਹੂੰ ਉੱਠ ਕੇ ਮੈਂ ਆਪਣੇ ਲਿਵਿੰਗ ਰੂਮ ਤੇ ਬੈਠਾ ਤੇ ਮੇਰੇ ਕੈਮਰੇ ਇੰਸਟਾਲ ਹੋਏ ਆ ਤੇ ਮੈਂ ਦੇਖਿਆ ਕਿ ਮੇਰੀ ਗੱਡੀ ਹਨੇਰੀ ਕੀ ਹੂੰ ਰੀਸੈਂਟ ਮੈਂ ਆਪਣੀ ਵਾਈਫ ਨੂੰ ਪੁੱਛਿਆ ਜਿਹੜੇ ਚਾਹ ਬਣਾ ਰਏ ਸੀ ਕਿ ਕਿਚਨ ਚ ਵੀ ਉਹ ਬਾਰ ਕਿਤੇ ਗਈ ਜੀ ਅੱਛਾ ਜੀ ਤੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਹਾਂ ਫਿਰ ਮੈਂ ਆਪਣੇ ਸਾਰੇ ਰੀਬੈਕ ਕੀਤੇ ਪਲੇਬੈਕ ਕਰਕੇ ਕੈਮਰੇ ਦੇਖੇ ਹਾਂਜੀ ਲਾਈਕ ਮੈਂ ਜਦੋਂ ਸਾਰੇ ਇਨਸੀਡੈਂਟ ਦੇਖਿਆ ਤਾਂ ਆਈ ਵਾਸ ਵੈਰੀ ਸ਼ੌਕਡ ਹਾਂ ਕਿ ਬਰਾਂਟਨ ਚ ਕੀ ਹੋ ਰਿਹਾ ਜੀ ਚਾਰ ਚਾਰ ਬੰਦਿਆਂ ਦੀ ਟੀਮ ਆ ਰਹੀ ਆ ਹਾਂਜੀ ਔਰ ਉਹ ਇਦਾਂ ਆ ਕੇ ਗੱਡੀ ਚੋਰੀ ਕਰ ਰਹੇ ਆ ਮੇਰੇ ਕੋਲ ਉਹ ਸਾਰੀ ਵੀਡੀਓ ਹੈਗੀ ਆ ਜੀ ਕਿ ਕਿੱਦਾਂ ਉਹਨਾਂ ਨੇ ਬਿਗੈਰ ਕਿਸੇ ਡਰ ਦੇ ਮੇਰੇ ਫਰੰਟ ਡੋਰ ਦੇ ਮੋਹਰੇ ਆ ਕੇ ਮੇ ਬੀ ਆਈ ਨੋ ਦੈਟ ਕਿ ਸਮਵਨ ਹੈਜ਼ ਅ ਗਨ ਹਾਂਜੀ ਹੋ ਸਕਦਾ ਮੇਰੇ ਬੱਚੇ ਨੇ ਡਰ ਚੁੱਕੇ ਸੀਗੇ ਉਸ ਮੂਮੈਂਟ ਨੂੰ ਦੇਖ ਕੇ ਕਿ ਪਾਪਾ ਨੂੰ ਕੀ ਹੋ ਰਿਹਾ ਸੀ ਤਾਂ ਇਹ ਸ਼ਾਂਤ ਰਹਿਣਾ ਹੀ ਨਹੀਂ ਚਾਹੁੰਦੇ ਬਿਲਕੁਲ ਬਿਲਕੁਲ ਔਰ ਤੁਹਾਡੇ ਕਹਿਣ ਦਾ ਮੁਤਾਬਕ ਜਿਹੜੇ ਉਹ ਕਲਪਰੇਟ ਸੀਗੇ ਜਾਂ ਜਿਹੜੇ ਇਹ ਬਦਮਾਸ਼ ਸੀਗੇ ਇਹ ਚਾਰ ਜਣੇ ਆਏ ਤਕਰੀਬਨ ਚਾਰਕ ਜਣੇ ਸੀਗੇ ਇਹ ਗੱਡੀ ਦੇ ਵਿੱਚ ਆਏ ਆਲਮੋਸਟ ਚਾਰ ਬੰਦੇ ਸੀ ਇਹਨਾਂ ਨੇ ਕੋਈ 4 4 450 ਦੇ ਅਰਾਊਂਡ ਇੱਕ ਫੋਰਡ F150 ਦਾ ਟਰੱਕ ਮੇਰੇ ਘਰੋਂ ਨਿਕਲਿਆ ਯੂ ਟਰਨ ਮਾਰ ਕੇ ਮੇਰੇ ਘਰ ਤੋਂ ਪੰਜ ਘਰ ਦੀ ਆਪਣੀ ਮੇਰੇ ਘਰ ਵਾਲੀ ਸਾਈਡ ਨੂੰ ਨੌਰ ਸਾਈਡ ਨੂੰ ਫੇਸ ਕਰਕੇ ਪਾਰਕ ਹੋ ਗਿਆ। ਅੱਛਾ ਜੀ। 5:07 ਮਿੰਟ ਉੱਤੇ ਟਰੱਕ ਖੜਾ ਰਿਹਾ ਉਹ 150। ਹਾਂਜੀ। ਤੋਂ ਬਾਅਦ ਉਹਨਾਂ ਨੇ 5:05 ਕੇ 5:07 ਮਿੰਟ ਮੈਂ ਇੱਕ ਥੋੜਾ ਜਿਹਾ ਹੋਰ ਲਾਗੇ ਕਰ ਲਓ ਜੀ। ਹਾਂਜੀ। 5:05 ਕੇ 5:07 ਮਿੰਟ ਤੇ ਉਹਨਾਂ ਨੇ ਹਾਂਜੀ। ਜਦੋਂ ਉਹਨਾਂ ਨੇ 5 5 7 ਤੇ ਆ ਕੇ ਉਤਰਿਆ ਉਹਨਾਂ ਨੇ 3 4 ਦੇ ਰੌਂਡ ਤੇ ਆ ਕੇ ਦੋਰ ਕੇ ਦੇ ਇਵਨ ਦੋ ਕਿ ਮੈਂ ਆਪਣੇ ਸਟੀering wheel ਨੂੰ ਵੀ ਲੋਕ ਲਾਉਣਾ ਮੇਰੇ ਨਾਲ ਇਨਸੀਡੈਂਟ ਸੈਕੰਡ ਟਾਈਮ ਹੋਇਆ ਹਾਂ ਲਾਸਟ ਈਅਰ ਜੂਨ 2022 ਮੇਰੀ ਗੱਡੀ ਮੇਰੇ ਡرائیਵੇ ਤੋਂ ਚੋਰੀ ਹੋ ਗਈ ਸੀ ਤੇ ਮੈਨੂੰ ਮੇਰੀ ਉਹ ਗੱਡੀ ਮਿਲੀ ਆਫਟਰ 29 ਡੇਸ ਹਾਂਜੀ ਬਟ ਉਸ ਤੋਂ ਬਾਅਦ ਮੈਂ ਮੈਂ ਟੀਡੀ ਕੰਪਨੀ ਦੀ ਇੰਸ਼ੋਰੈਂਸ ਲਈ ਹੋਈ ਆ ਠੀਕ ਹੈ ਤੇ ٹیਡੀ ਇੰਸ਼ੋਰੈਂਸ ਨੇ ਮੈਨੂੰ 2 ਮਹੀਨਿਆਂ ਬਾਅਦ ਮੈਨੂੰ ਇੱਕ ਲੈਟਰ ਦਿੱਤੀ ਕਿ ਇਹ ਜਿਹੜਾ ਵਹੀਕਲ ਆ ਤੁਹਾਡੇ ਕੋਲ ਐਸਯੂਵੀ ਨੈਵੀਗੇਟਰ ਹਾਂਜੀ ਇਹ ਬੜੀ ਹਾਈ ਰਿਸਕ ਦੇ ਉੱਤੇ ਆ ਕਿ ਅਸੀਂ ਇੰਨੀਆਂ ਵੱਡੀਆਂ ਗੱਡੀਆਂ ਦੇ ਕਲੇਮਸ ਡਿਨਾਈ ਕਰ ਸਕਦੇ ਹਾਂ ਜੇ ਤੁਸੀਂ ਸਾਡੇ ਸਿਸਟਮ ਨੂੰ ਇਗਨੋਰ ਕਰੋਗੇ ਠੀਕ ਹੈ ਜੀ ਫਿਰ ਉਹਨਾਂ ਨੇ ਮੈਨੂੰ ਇੱਕ ਲੈਟਰ ਦਿੱਤੀ ਕਿ ਅਸੀਂ ਇੱਕ ਸਪੀਡੀ ਗਲਾਸ ਕੰਪਨੀ ਨਾਲ ਕੌਂਟਰੈਕਟ ਕੀਤਾ ਓਕੇ ਔਰ ਉਸ ਉਹ ਸਿਸਟਮ ਨੇ ریلی ਮੇਰੀ ਹੈਲਪ ਕੀਤੀ ਆ ਗੱਡੀ ਚੋਰੀ ਹੋਈ ਮੈਂ 10:30 ਵਜੇ ਉੱਠਿਆ ਦੇਖਿਆ ਸਾਰਾ ਬੈਗ ਕਰਕੇ ਮੈਂ ਪੀਲ ਪੁਲਿਸ ਨੂੰ ਕਾਲ ਕੀਤੀ ਹਾਂਜੀ ਔਰ ਡੇਢ ਘੰਟੇ ਤੱਕ ਉਹਨਾਂ ਦੇ ਆਫੀਸਰ ਮੇਰੇ ਘਰ ਆ ਗਏ ਅੱਛਾ ਚਲੋ ਇਹ ਵੀ ਬਹੁਤ ਚੰਗੀ ਗੱਲ ਹੈ ਜੀ ਪੀਲ ਪੁਲਿਸ ਦੀ ਜਿਹੜੀ ਕਿ ਉਹ ਡੇਢ ਘੰਟੇ ਦੇ ਵਿੱਚ ਆਪ ਜੀ ਦੇ ਘਰ ਆ ਗਏ ਉਹਨਾਂ ਨੇ ਫਿਰ ਸਾਰੀ ਜਾ ਕੇ ਉੱਥੇ ਵੀਡੀਓ ਚੈੱਕ ਕੀਤੀ ਹਾਂਜੀ ਉਹ ਸਾਰੇ ਇਹ ਲਾਈਕ ਤੇ ਉਹਨਾਂ ਨੇ ਉਹ ਸਾਰਾ ਚੈੱਕ ਕੀਤਾ ਦੇਖਿਆ ਔਰ ਪਹਿਲਾਂ ਚਾਰ ਬੰਦਿਆਂ ਨੇ ਆ ਕੇ ਮੇਰੀ ਗੱਡੀ ਨੂੰ ਸਾਰਾ ਉਹਦੇ ਹੌਰਨ ਹੂਰਨ ਸਾਇਲੈਂਟ ਕੀਤੇ ਸਟੀering ਵੀਲ ਬ੍ਰੇਕ ਕੀਤਾ ਲੌਕ ਕੀਤਾ ਔਰ ਚਲੇ ਗਏ ਅੱਛਾ ਸਟੀering ਨੂੰ ਤੁਸੀਂ ਜਿਹੜਾ ਹੈਗਾ ਸਟੀering ਲੌਕ ਲਾਇਆ ਹੋਇਆ ਸੀਗਾ ਉੱਪਰ ਜਿਹੜਾ ਇੱਕ ਹੈਂਡਲ ਲੱਗਦਾ ਮੈਂ ਸਟੀering ਵੀਲ ਲੌਕ ਕਰਦਾ ਹਾਂ ਕਿ ਗੱਡੀ ਨੂੰ ਕੋਈ ਮੂਵ ਨਾ ਕਰ ਸਕੇ ਐਟਲੀ ਵੀਲ ਉਹਨੂੰ ਡਰਾਈਵੇਬਲ ਕੰਡੀਸ਼ਨਸ 'ਚ ਨਹੀਂ ਰਹਿਣ ਦਿੰਦਾ ਜਦੋਂ ਉਹ ਲੌਕ ਹੋ ਜਾਂਦਾ ਅੱਛਾ ਤੇ ਉਹ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਕੱਟ ਦਿੱਤਾ ਯਾਨੀ ਕਿ ਸਟੀering ਨੂੰ ਹੀ ਕੱਟ ਦਿੱਤਾ ਹਾਂ ਜੀ ਉਹ ਮੈਨੂੰ ਹੁਣ ਪਤਾ ਲੱਗਾ ਜਦੋਂ ਗੱਡੀ ਰਿਕਵਰ ਹੋਈ ਰਿਕਵਰ ਹੋਣ ਤੋਂ ਬਾਅਦ ਤੁਹਾਨੂੰ ਉਹ ਉਸ ਤੋਂ ਬਾਅਦ 6:30 ਤੇ ਕੋਈ ਇੱਕ ਸਿੰਗਲ ਬੰਦਾ ਆਇਆ ਉਹਨੇ ਮੇਰੀ ਗੱਡੀ ਨੂੰ ਡਰਾਈਵ ਕੀਤਾ ਉਹ ਡਰਾਈਵ ਕਰਕੇ ਲੈ ਗਿਆ ਪਲੈਨਿੰਗ ਦੋ ਟਰਮ ਚ ਹੋਈ ਸੀ 5 ਵਜੇ ਇੱਕ ਟੀਮ ਆਈ ਚਾਰ ਬੰਦਿਆਂ ਨੇ ਜਿਨੇ ਸਾਰਾ ਕੁਝ ਡਿਸਮੈਂਟਲ ਕਰਕੇ ਪੇアリング ਕਰਕੇ ਗੱਡੀ ਨੂੰ ਡਰਾਈਵੇਬਲ ਕਰ ਲਿਆ ਔਰ ਇੱਕ ਘੰਟੇ ਦੇ ਇੰਟਰਵਲ ਬਾਅਦ ਦੂਸਰਾ ਬੰਦਾ ਆ ਕੇ ਉਹਨੂੰ ਲੈ ਗਿਆ अच्छा पहला एक ग्रुप आंदा ਹੈਗਾ ਆ ਉਹ ਜਿਹੜਾ ਵੀ ਆ ਸੌਫਟਵੇਅਰ ਹੈਗਾ ਆ ਤੁਹਾਡੀ ਗੱਡੀ ਦੇ ਜਿਹੜੇ ਸਾਇਰਨ ਹੈਗੇ ਨੇ ਜਾਂ ਉਹਦੀ ਜਿਹੜੀ ਵੀ ਸੈਂਟਰ ਲੌਕਿੰਗ ਸਿਸਟਮ ਹੈਗਾ ਆ ਉਹ ਸਾਰੇ ਨੂੰ ਉਹ ਕਰਦੇ ਹੈਗੇ ਨੇ ਔਰ ਉਹਦੇ ਵਿੱਚ ਇੰਟਰਫੇਅਰ ਕਰਦੇ ਹੈਗੇ ਉਹਨੂੰ ਐਕਸੈਸ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਕਿਨਿਓ ਕਿ ਅੱਧੇ ਪੌਣੇ ਘੰਟੇ ਬਾਅਦ ਇੱਕ ਸ਼ਖਸ ਆਉਂਦਾ ਤੇ ਉਹ ਗੱਡੀ ਵਿੱਚ ਬੈਠਦਾ ਜਿਵੇਂ ਕਿ ਵੀਡੀਓ ਦੇਖੀ ਉਹ ਬੈਠਦਾ ਬੈਠਦਾ ਤੇ ਉਹ ਗੱਡੀ ਨੂੰ ਲੈ ਕੇ ਚਲਾ ਕੇ ਚਲਾ ਜਾਂਦਾ ਚਲਾ ਜਾਂਦਾ ਜੀ ਜੀ ਸੋ ਬਹੁਤ ਇੱਕ ਕਹਿ ਸਕਦੇ ਆ ਕਿ ਜੀ ਅਲਰਮਿੰਗ ਸਿਚੁਏਸ਼ਨਸ ਹੈਗੀਆਂ ਨੇ ਕਿਉਂਕਿ ਜਦੋਂ ਆਪਾਂ ਇਹਨੂੰ ਇੱਕ ਖਬਰ ਦੇ ਤੌਰ ਦੇ ਉੱਤੇ ਦੇਖਦੇ ਆ ਤੇ ਇੰਨਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਪਰ ਹਾਰ ਕਮਿਊਨਿਟੀ ਇਸ ਵੇਲੇ ਡਰੀ ਹੋਈ ਆ ਔਰ ਲੇਕਿਨ ਜਦੋਂ ਜਿਹਦੇ ਨਾਲ ਹੁੰਦੀ ਆ ਉਹ ਇੱਕ ਪ੍ਰੋਪਰ ਇੱਕ ਫੋਬੀਆ ਬਣ ਜਾਂਦਾ ਹੈਗਾ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਿਵੇਂ ਹੁਣ ਤੁਸੀਂ ਗੱਲਬਾਤ ਕੀਤੀ ਕਿ ਜਿਹੜੇ ਤੁਹਾਡੇ ਬੱਚੇ ਹੈਗੇ ਨੇ ਉਹ ਆਬਵੀਅਸਲੀ ਇਸ ਚੀਜ਼ ਦਾ ਇੱਕ ਇੱਕ ਟਰੋਮਾ ਬਣ ਜਾਂਦਾ ਕਿ ਯਾਰ ਇਹ ਜੇ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਡرائیਵੇ ਦੇ ਵਿੱਚ ਚੀਜ਼ਾਂ ਸੇਫ ਨਹੀਂ ਹੈਗੇ ਆ ਔਰ ਬੱਚੇ ਵੀ ਇਸ ਚੀਜ਼ ਦੇ ਨਾਲ ਫਿਰ ਪ੍ਰਭਾਵਿਤਤਾ ਹੁੰਦੇ ਆ ਬਿਲਕੁਲ ਹੁੰਦੇ ਆ ਜੀ ਹਾਂਜੀ ਸੋ ਅੱਛਾ ਫਿਰ ਜਦੋਂ ਦੂਸਰਾ ਬੰਦਾ ਆਇਆ ਉਹਨੇ ਗੱਡੀ ਨਾਰਮਲੀ ਜਿਹੜੀ ਹੈਗੀ ਆ ਡਰਾਈਵਰ ਤੋਂ ਚੋਰੀ ਕਰਕੇ ਉਹ ਚਲਾ ਗਿਆ ਤੇ ਤੁਸੀਂ ਜਦੋਂ ਆਪਣੇ ਰੁਟੀਨ ਵਰਕ ਦੇ ਵਿੱਚ ਦੇ ਸ਼ੁਰੂ ਕੀਤਾ ਤੇ ਉਦੋਂ ਤੁਹਾਨੂੰ ਪਤਾ ਲੱਗਾ ਕਿ ਗੱਡੀ ਡਰਾਈਵਰ ਤੇ ਨਹੀਂ ਹੈਗੀ ਨਹੀਂ ਹੈਗੀ ਤੇ ਤੁਸੀਂ ਸਭ ਤੋਂ ਪਹਿਲਾਂ ਫਿਰ ਪੁਲਿਸ ਨੂੰ ਫੋਨ ਕੀਤਾ ਸਭ ਤੋਂ ਪਹਿਲਾਂ ਮੈਂ ਆਪਣੇ ਕੈਮਰੇ ਬੈਕ ਕਰਕੇ ਦੇਖੇ अच्छा क्योंकि मेरे को वीडियो मॉनिटरिंग में पहले इंसिडेंट ਤੋਂ ਬਾਅਦ ਮੈਂ ਆਪਣੇ ਘਰ ਨੂੰ ਵੀਡੀਓ ਮੋਨਿਟਰਿੰਗ ਕੈਮਰਿਆਂ ਨਾਲ ਕਵਰ ਕੀਤਾ ਕਿ ਐਟਲੀਸਟ ਸਿਕਿਉਰਟੀ ਇਸ਼ੂਸ ਦਾ ਰੇਜ਼ ਹੋ ਹੀ ਚੁੱਕੇ ਕਿਉਂਕਿ ਮੇਰੇ ਬੱਚੇ ਵੀ ਦੋ ਛੋਟੇ ਆ ਹਾਂਜੀ ਹਾਂਜੀ ਕਿਤੇ ਸੜਕਾਂ ਤੇ ਬੱਚੇ ਖੇਡਦੇ ਹੁੰਦੇ ਆ ਕਈ ਵਾਰੀ ਡੋਰ ਖੁੱਲਾ ਰਹਿ ਜਾਂਦਾ ਜਾਂ ਕੁਝ ਹੋ ਜਾਂਦਾ ਜੀ 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 ਸੋ ਉਸ ਤੋਂ ਬਾਅਦ ਫਿਰ ਮੈਂ ਪੁਲਿਸ ਨੂੰ ਕਵਰ ਕੀਤਾ ਕਿ ਮੇਰੀ ਗੱਡੀ ਚੋਰੀ ਹੋ ਗਈ ਜਦੋਂ ਮੈਂ ਇਨਸੀਡੈਂਟ ਦੇਖਿਆ ਤਨ ਲੇਡੀ ਆਫੀਸਰ ਨੇ ਮੈਨੂੰ ਅਪਰੋਚ ਕੀਤੀ ਘਰੇ ਹਾਂਜੀ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਇੰਸ਼ੋਰੈਂਸ ਵੀਕਲ ਇਨਫੋਰਮੇਸ਼ਨ ਹਾਂਜੀ ਫਿਰ ਮੈਂ ਇੰਸ਼ੋਰੈਂਸ ਨੂੰ ਵੀ ਦੱਸਿਆ ਕਿ ਮੇਰੀ ਗੱਡੀ ਚੋਰੀ ਹੋ ਗਈ ਹੈ ਤੇ ਹਾਂਜੀ ਫਿਰ ਮੇਰੇ ਰਾਈਟ ਵੇ ਮਾਈਂਡ ਚ ਕਲਿੱਕ ਕੀਤਾ ਕਿ ਲਾਸਟ ਟਾਈਮ ਜਦੋਂ ਮੈਂ ਲਾਸਟ ਈਅਰ ਗੱਡੀ ਮੇਰੀ ਚੋਰੀ ਹੋਈ ਤਾਂ ਮੈਨੂੰ ਇੰਸ਼ੋਰੈਂਸ ਨੇ ਇੱਕ ਟੈਗ ਸਿਸਟਮ ਇੰਸਟਾਲ ਕਰਾਇਆ ਸੀ ਮੇਰੀ ਗੱਡੀ 'ਚ अच्छा इंश्योरेंस कंपनी ने ਤੁਹਾਨੂੰ ਕਿਹਾ ਸੀਗਾ ਕਿ ਇੱਕ ਟੈਗ ਸਿਸਟਮ ਆ ਇੱਕ ਸਿਕਿਉਰਿਟੀ ਸਿਸਟਮ ਜਿਹੜਾ ਹੈਗਾ ਆ ਉਹ ਤੁਸੀਂ ਅਸੀਂ ਤੁਹਾਨੂੰ ਰეკਮੈਂਡ ਕਰਦੇ ਹੈਗੇ ਆ ਕਿ ਫਲਾਨੀ ਕੰਪਨੀ ਤੋਂ ਜਾ ਕੇ ਤੁਸੀਂ ਇਹ ਅਸੈਂਬਲ ਕਰ ਲਓ ਹਾਂਜੀ ਅੱਛਾ ਜੀ ਉਹਨਾਂ ਨੇ ਮੈਨੂੰ ਉਹਦੀ ਕੋਈ ਆਈ ਥਿੰਕ ਸੋ 450 ਸਮਥਿੰਗ ਉਹਦੀ ਪੇਮੈਂਟ ਸੀ ਉਹ ਕਹਿੰਦੇ ਵੀ ਤੁਸੀਂ ਫਸਟ ਲ ਇੰਸਟਾਲ ਕਰਾ ਕੇ ਪੇ ਕਰ ਦਿਓ ਅੱਛਾ ਜੀ ਤਾਂ ਅਸੀਂ ਤੁਹਾਨੂੰ ਰੀਇੰਬਰਸ ਕਰ ਦਾਂਗੇ ਪਰ ਮੈਂ ਸੇਮ ਡੇ ਫਿਰ ਜਾ ਕੇ ਉਹ ਕਰਾਇਆ ਸੀ ਲਾਸਟ ਈਅਰ ਹਾਂਜੀ ਤੇ ਮੇਰੇ ਮਾਈਂਡ ਚ ਵੀ ਨਹੀਂ ਸੀਗਾ ਕੀ ਆ ਮੇਰੇ ਰੀਸੈਂਟਲੀ ਕਿ ਮੈਂ ਆਪਣੇ ਡਰਾਈਵ ਚ ਪੇਪਰ ਰੱਖੇ ਹੋਏ ਸੀ ਕਿਉਂਕਿ ਮੇਰੇ ਰਜਿਸਟ੍ਰੇਸ਼ਨ ਤੇ ਇੰਸ਼ੋਰੈਂਸ ਵੀ ਗੱਡੀ ਦੀ ਚਲੇਗੀ ਹਾਂਜੀ ਹਾਂਜੀ ਉਹ ਗੱਡੀ ਦੀ ਮੈਂ ਉਹ ਆਪਣੀ Google Drive ਚੈੱਕ ਕੀਤੀ ਤਾਂ ਮੇਰੇ ਮੈਨੂੰ ਉਹ ਕਾਰਡ ਫਲੈਸ਼ ਹੋਇਆ ਠੀਕ ਹੈ ਠੀਕ ਮੈਂ ਰਾਈਟ ਵੇ ਉਹਨਾਂ ਨੂੰ ਕਾਲ ਕੀਤੀ ਕਿ ਇਦਾਂ ਇਦਾਂ ਮੇਰੀ ਗੱਡੀ ਚੋਰੀ ਹੋ ਗਈ ਆ ਮੇਰੀ ਕੰਪਨੀ ਦੀ ਇੰਸ਼ੋਰੈਂਸ ਹੈ ਉਹਨਾਂ ਨੇ ਮੈਨੂੰ ਆਹ ਇੰਸਟਾਲ ਕਰਾਇਆ ਸੀ ਜੀ ਤੇ ਉਹ ਕਹਿੰਦੇ ਠੀਕ ਆ ਸਾਡਾ ਕੋਈ ਐਗਜ਼ੀਕਿਊਟਿਵ ਤੁਹਾਨੂੰ ਕਾਲ ਬੈਕ ਕਰੇਗਾ ਠੀਕ ਹੈ ਜੀ ਬਟ ਮੈਂ ਸਵੇਰ ਸਾਲਡੇ ਫੋਨ ਤੇ ਹੀ ਸੀਗਾ ਕਦੀ ਪੁਲਿਸ ਦਾ ਕਾਲ ਆ ਗਿਆ ਕਦੀ ਇੰਸ਼ੋਰੈਂਸ ਦੀ ਆ ਗਈ ਜੋ ਜਿਹੜੇ ਟੈਗ ਕੰਪਨੀ ਵਾਲੇ ਮੈਨੂੰ ਕਾਲ ਕਰ ਰਹੇ ਸੀ ਅਨਨੋਨ ਨੰਬਰ ਤੋਂ ਅੱਛਾ ਜੀ ਕੋਈ ਨੰਬਰ ਪ੍ਰਾਈਵੇਟ ਸ਼ੋ ਹੋ ਰਿਹਾ ਸੀ ਤੇ ਮੈਂ ਪ੍ਰਾਈਵੇਟ ਕਾਲ ਨੂੰ ਰੀਸੀਵ ਨਹੀਂ ਕਰਦਾ ਅੱਜ ਕੱਲ ਫੇਕ ਕਾਲਸ ਬਹੁਤ ਆ ਬਹੁਤ ਹਾਂਜੀ ਹਾਂਜੀ ਸਪੈਮ ਕਾਲਸ ਆ ਜਾਂਦੇ ਫਿਰ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਅਸੀਂ ਆ ਟੈਗ ਕੰਪਨੀ ਤੋਂ ਤੁਹਾਨੂੰ ਕਾਲ ਕਰ ਰਹੇ ਹਾਂ ਠੀਕ ਹੈ ਜੀ ਤੁਸੀਂ ਆਪਣਾ ਕਲੇਮ ਰਜਿਸਟਰਡ ਕਰਾਇਆ ਸਾਡੇ ਨਾਲ ਪਹਿਲਾਂ ਕਾਲ ਕਰਕੇ ਠੀਕ ਹੈ ਤੇ ਨੂੰ ਸਾਡੇ ਨੰਬਰ ਨੂੰ ਸੇਵ ਕਰੋ ਤੇ ਸੇਵ ਕਰਕੇ ਸਾਡੀ ਕਾਲ ਨੂੰ ਅਟੈਂਡ ਕਰੋ ਅਸੀਂ ਤੁਹਾਡੀ ਗੱਡੀ ਵਾਸਤੇ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਠੀਕ ਹੈ ਤੇ ਇਸ ਕੰਮ ਨੂੰ ਕਰਦੇ ਕਰਦੇ ਸ਼ਾਮ ਨੂੰ ਆਲਮੋਸਟ 5 ਵਜੇ ਠੀਕ ਹੈ ਤੇ ਉਸ ਉਦੋਂ ਮੈਂ ਉਹਨਾਂ ਨੂੰ ਫਿਰ ਸਾਰਾ ਦੱਸਿਆ ਕਿ ਇਦਾਂ ਤਾਂ ਉਹਨਾਂ ਨੇ ਨਾ ਇੱਕ ਪਿੰਨ ਨੰਬਰ ਸਾਨੂੰ ਦਿੱਤਾ ਹੋਇਆ ਸੀ ਹਾਂ ਜੀ ਉਹਨਾਂ ਨੇ ਮੇਰੇ ਕੋਲੋਂ ਵੈਰੀਫਿਕੇਸ਼ਨ ਚੋ ਪਿੰਨ ਨੰਬਰ ਪੁੱਛਿਆ ਕਿ ਤੁਹਾਡੇ ਕੋਲ ਅਗਰ ਤੁਸੀਂ ਉਹ ਟੈਗ ਲਵਾਇਆ ਤਾਂ ਤੁਹਾਡੇ ਕੋਲ ਵੈਰੀਫਿਕੇਸ਼ਨ ਕੋਡ ਹੋਏਗਾ ਹਾਂ ਹਾਂ ਮੈਂ ਜਦੋਂ ਉਹਨਾਂ ਨੂੰ ਕੋਡ ਦੱਸਿਆ ਤੇ ਉਹਨਾਂ ਨੇ ਉਹ ਕਹਿੰਦੇ ਓਕੇ ਜੀ ਤੁਹਾਡੀ ਵੈਰੀਫਿਕੇਸ਼ਨ ਕੰਪਲੀਟ ਹੈ ਤੇ ਗਿਵ us 48 hours ਠੀਕ ਹੈ ਜੇ ਤੁਹਾਨੂੰ 48 ਆਵਰ ਚ ਅਸੀਂ ਕਾਲ ਬੈਕ ਨਹੀਂ ਕਰਦੇ ਹਾਂਜੀ ਥੈਨ ਤੁਸੀਂ ਅਪੀਲ ਪੁਲਿਸ ਨੂੰ ਕਾਲ ਕਰ ਲਓ ਠੀਕ ਹੈ ਜੀ ਸੋ ਅਗੇਨ ਆਫਟਰ ਹਾਫ ਅਨ ਆਵਰ ਮੈਨੂੰ ਉਹਨਾਂ ਦੀ ਕਾਲ ਆ ਗਈ ਕਹਿੰਦਾ ਮਿਸਟਰ ਸਿੰਘ ਕੰਗ੍ਰੈਟਸ ਵੀ ਫਾਊਂਡ ਯੋਰ ਵਹੀਕਲ अच्छा मतलब अठे 1 घंटे दे बाद 1.5 घंटे बाद 1.5 घंटे दे विच ਤੁਹਾਨੂੰ ਕਾਲ ਆ ਗਈ ਕਿ ਉਹ ਵਿੱਚ ਤੁਸੀਂ ਜਿਹੜੀ ਉਹਨਾਂ ਨੇ ਗੱਡੀ ਜਿਹੜੀ ਤੁਹਾਡੀ ਲੱਗੀ ਆ ਉਹ ਲੋਕੇਟ ਕਰ ਲਈ ਜੀ ਲੋਕੇਟ ਕਰ ਲਈ ਔਰ ਮੈਂ ਕਿਹਾ ਜੀ थैंक्स वेरी मच जी ਮੈਂ ਕਿਹਾ ਹਾਓ ਦਿਸ ਥਿੰਗ ਹੈਪਨ ਵੀ ਲਾਸਟ ਟਾਈਮ ਤਾਂ ਮੈਂ ਇੰਨੀਆਂ ਅਪਰੋਚਾਂ ਕਰਦਾ ਰਿਹਾ ਮੇਰੀ ਗੱਡੀ ਨਹੀਂ ਲੱਭੀ ਹਾਂਜੀ ਕਹਿੰਦੇ ਜੀ ਉਹ ਅਸੀਂ ਗੱਡੀ ਲੱਭੀ ਮੈਂ ਕਿਹਾ ਕਿੱਥੋਂ ਲੱਭੀ ਕਹਿੰਦੇ ਸਾਨੂੰ ਮਾਲਟਰਨ ਰੇਲਵੇ ਟਰੈਕ ਤੋਂ ਤੁਹਾਡੀ ਗੱਡੀ ਮਿਲੀ ਆ अच्छा ਤੇ ਉਹਦਾ ਡੈਮੇਜ ਆ ਕਿ ਉਹਦਾ ਸਟੀering wheel ਕੱਟਿਆ ਹੋਇਆ ਉਹਦੀਆਂ ਸਾਈਡ ਲੈਲੈਂਸ ਜਿਹੜੀਆਂ ਫਰੇਮਿੰਗ ਹੁੰਦੀਆਂ ਵਾਇਰਲ ਦੀਆਂ ਉਹ ਸਾਰੀਆਂ ਪੱਟੀਆਂ ਹੋਈਆਂ ਆ ਹਾਂਜੀ ਤੇ ਬਟ ਕਹਿੰਦਾ ਅਸੀਂ ਤੁਹਾਡੀ ਗੱਡੀ ਜਿਹੜੀ ਆ ਪੀਲ ਪੁਲਿਸ ਨੂੰ ਉਹਨਾਂ ਨੂੰ ਹੈਂਡ ਓਵਰ ਕਰ ਰਹੇ ਆ ਤੇ ਤੁਹਾਨੂੰ ਪੀਲ ਪੁਲਿਸ ਤੋਂ ਕਾਲ ਆਏਗੀ ਠੀਕ ਹੈ ਤੇ ਆਲਮੋਸਟ 10 ਕਿ ਮਿੰਟ ਬਾਅਦ ਮੈਨੂੰ ਪੀਲ ਪੁਲਿਸ ਤੋਂ ਮੈਸੇਜ ਆ ਗਿਆ ਹਾਂਜੀ ਕਿ ਇਟਸ ਪੀਲ ਪੁਲਿਸ ਕਾਲ ਅਸ ਬੈਕ ਔਨ ਥਿਸ ਨੰਬਰ ਠੀਕ ਹੈ ਤੇ ਮੈਂ ਫੇਰ ਸੋਚਦਾ ਰਿਹਾ ਕਿ ਇਹ ਸਪੈਮ ਕਾਲ ਹੀ ਨਾ ਹੋਵੇ ਹਾਂ ਕਿਉਂਕਿ ਨੋ ਨੰਬਰ ਹੁੰਦਾ ਨਾ ਨੋ ਕਾਲਰ ਆਈਡੀ ਹੁੰਦੀ ਪਰ ਮੈਂ ਉਹਨਾਂ ਨੂੰ ਮੈਸੇਜ ਕੀਤਾ ਕਿ ਮਾਈ ਸੈਲਫ ਇਜ਼ ਮਨਜੀਤ ਵੀਰ ਕੈਨ ਆਈ ਕਾਲ ਯੂ ਬੈਕ ਤੇ ਉਹਨਾਂ ਨੇ ਯੈਸ ਲਿਖਿਆ ਤਾਂ ਮੈਂ ਕਾਲ ਕੀਤੀ ਬਾਬ ਠੀਕ ਹੈ ਜੀ ਉਹ ਕਹਿੰਦੇ ਜੀ ਅਸੀਂ ਤੁਹਾਡੀ ਗੱਡੀ ਸਾਨੂੰ ਰਿਕਵਰ ਹੋ ਗਈ ਆ ਹਾਂਜੀ ਤੇ ਇਟਸ 4600 ਡਿਕਸੀ ਰੋਡ ਮਿਸੀ ਸਾਗਾਚ ਹਾਂ ਜੀ ਸਟੇਸ਼ਨ 'ਚ ਤੁਸੀਂ ਆ ਜਾਓ ਤੇ ਇਹਨੂੰ ਵੈਰੀਫਾਈ ਕਰਕੇ ਆਪਣੀ ਗੱਡੀ ਲੈ ਲਓ ਠੀਕ ਹੈ ਚਲੋ ਇਹ ਅਮਰੀਕਨਾਂ ਦੀ ਇੱਕ ਬਹੁਤ ਵਧੀਆ ਗੱਲ ਹੈਗੀ ਆ ਫਿਰ ਵੀ ਔਰ ਜੇ ਆਪਣੀ ਗੱਡੀ 4-5 ਘੰਟਿਆਂ ਦੇ ਵਿੱਚ ਉਸ ਸਿਕਿਉਰਿਟੀ ਸਿਸਟਮ ਦੇ ਨਾਲ ਦੀ ਬਦੌਲਤ ਜਿਹੜਾ ਹੈਗਾ ਜੀ ਟਰੇਸ ਹੋ ਕੇ ਟਰੇਸ ਹੋਣ ਤੋਂ ਬਾਅਦ ਉਹ ਗੱਡੀ ਬਰਾਮਦ ਹੋਈ ਆ ਔਰ ਤੁਸੀਂ ਕਹਿੰਦੇ ਹੋ ਕਿ ਮਾਲਟਨ ਦੇ ਵਿੱਚ ਹੀ ਇਹ ਗੱਡੀ ਜਿਹੜੀ ਹੈਗੀ ਆ ਜੀ ਲੋਕੇਟ ਕੀਤੀ ਗਈ ਔਰ ਉਹਦਾ ਸਟੀering ਜਿਹੜਾ ਹੈਗਾ ਆ ਉਹ ਕਟਿਆ ਹੋਇਆ ਸੀਗਾ ਯਾਨੀ ਕਿ ਉਹਨਾਂ ਨੇ ਮੈਨੂਅਲੀ ਜਿਹੜਾ ਤੁਸੀਂ ਉਹਨੂੰ ਲੋਕ ਲਾਇਆ ਹੋਇਆ ਸੀਗਾ ਹੈਂਡਲ ਲੋਕ ਉਹਨੂੰ ਵੀ ਸਟੀering ਕੱਟ ਕੇ ਉਹਨੂੰ ਡਿਸਮੈਂਟਲ ਕਰ ਲਿਆ ਮੈਂ ਜਦੋਂ ਕੱਲ ਨਾਈਟ ਮੈਂ ਗਿਆ ਉਹਨਾਂ ਕੋਲ 6 ਵਜੇ ਪੀਲ ਪੁਲਿਸ ਤੇ ਉੱਥੇ ਮੈਂ ਬੀਜ਼ੀ ਸੀ ਸਾਰਾ ਦਿਨ ਮੇਰੀਆਂ ਮੀਟਿੰਗਸ ਸੀਗੀਆਂ ਹਾਂਜੀ ਤੇ ਉਹ ਜਦੋਂ ਮੈਂ ਦੇਖਿਆ ਮੇਰਾ ਉਹ ਸਟੀering wheel ਦਾ ਲੌਗ ਵੀ ਗੱਡੀ ਚ ਪਿਆ ਸਾਰਾ ਕੁਝ ਪਿਆ ਹਾਂ ਲਾਈਕਿ ਸਿਰਫ ਉਹਨਾਂ ਨੇ ਗੱਡੀ ਦਾ ਉਹਨਾਂ ਦਾ ਪਰਪਸ ਇਹ ਸੀ ਕਿ ਅਸੀਂ ਗੱਡੀ ਚੋਰੀ ਕਰਕੇ ਇੱਥੋਂ ਆਊਟ ਕਰਨੀ ਆ ਹਾਂਜੀ ਬਟ ਉਹ ਮੈਂ ਥੈਂਕਸ ਕਰਦਾ ਉਹ ਸਪੀਡੀ ਗਲਾਸ ਕੰਪਨੀ ਨੂੰ ਕੌਂਟਰੈਕਟ ਦਿੱਤਾ ਇੱਥੇ ਸਟੀਲ ਤੇ ਸਟ੍ਰੈਥਨ ਤੇ ਉਹਨਾਂ ਦਾ ਕੋਈ ਯੂਨਿਟ ਆ ਹਾਂਜੀ ਬਟ ਥੈਂਕਸ ਆਜੀ ਕਿਉਂਕਿ ਇਹ ਨੀਆ ਮਹਿੰਗੀਆਂ ਐਕਸਪੈਂਸਿਵ ਗੱਡੀਆਂ ਆ ਔਰ ਇਹਨਾਂ ਨੂੰ ਇੰਸ਼ੋਰੈਂਸ ਖੁਦ ਬਰੀੜਾ ਕਿ ਇੰਨੀਆਂ ਚੋਰੀ ਦੀਆਂ ਗੱਡੀਆਂ ਤੇ ਅਸੀਂ ਕਿਉਂ ਆਮ ਜਨਰਲ ਕੁਐਸਚਨਿੰਗ ਹੁੰਦੀ ਰਹਿੰਦੀ ਜਦੋਂ ਕਦੇ ਇੰਸ਼ੋਰੈਂਸ ਨੂੰ ਕਾਲ ਕਰੀਦੀ ਹੈ ਉਹਨਾਂ ਦੇ ਸਰਵੇਅਰਾਂ ਨਾਲ ਜੀ ਬਿਲਕੁਲ ਹੋਰ ਬਹੁਤ ਇਹ ਜੀ ਇੰਪੋਰਟੈਂਟ ਚੀਜ਼ ਹੈਗੀ ਆ 9057990999 ਸਾਡਾ ਸਟੂਡੀਓ ਦਾ ਨੰਬਰ ਹੈਗਾ ਅਗਰ ਤੁਸੀਂ ਕੋਈ ਵੀ ਆਉਟਪੁੱਟ ਦੇਣੀ ਚਾਹੁੰਦੇ ਹੈਗੇ ਆ ਤੁਹਾਡਾ ਇਸ ਮਸਲੇ ਦੇ ਨਾਲ ਜਾਂ ਤੁਸੀਂ ਸਮਝਦੇ ਹੋ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਜੀ ਉਹਦੇ ਵਿੱਚ ਕੁਛ ਨਾ ਕੁਛ ਬਦਲਾਅ ਹੋਣੇ ਚਾਹੀਦੇ ਨੇ ਜਾਂ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਤਾਂ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ 9057990999 905799 0 triple 9 ਦੇ ਉਤੇ ਤੁਸੀਂ ਗੱਲਬਾਤ ਕਰਕੇ ਸਟੂਡੀਓ ਦੇ ਵਿੱਚ ਜਿਹੜਾ ਹੈਗਾ ਜੀ ਉਹ ਗੱਲਬਾਤ ਕਰ ਸਕਦੇ ਹੋ ਔਰ ਵਾਕਈ ਇਹ ਬਹੁਤ ਵੱਡੀ ਜਿਹੜੀ ਇੱਕ ਅਲਰਮਿੰਗ ਸਿਚੁਏਸ਼ਨ ਹੈ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਵੀ ਮੈਂ ਇਹ ਜ਼ਿਕਰ ਕੀਤਾ ਕਿ ਨਵੰਬਰ ਦੇ ਮਹੀਨੇ ਜਿਹੜਾ ਸਾਡੇ ਕੋਲ ਡਾਟਾ ਆਇਆ 500 ਤੋਂ ਵੱਧ ਗੱਡੀਆਂ ਜਿਹੜੀਆਂ ਹੈਗੀਆਂ ਜੀ ਓਨਲੀ ਨਵੰਬਰ ਮੰਥ ਦੇ ਵਿੱਚ ਉਹ ਹੋਈਆਂ ਨੇ ਤੇ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਜੀ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਸਵਾਗਤ ਹੈ ਤੁਹਾਡਾ ਵਤਨੋਂ ਦੂਰ ਦੇ ਵਿੱਚ ਹਾਂਜੀ ਵੀਰ ਜੀ ਇਹਦੇ ਨਾਲ ਸਸਤਾ ਤਰੀਕਾ ਮੈਂ ਤੁਹਾਨੂੰ ਦੱਸਣ ਲੱਗਿਆ ਜੀ ਜਿਹੜਾ ਸਭ ਨਾਲ ਸਸਤਾ ਜੀ 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 ਇਹ ਜਿਹੜਾ ਉਹਦੇ ਵਿੱਚ ਤਾਂ ਕੰਪਨੀ ਇਨਵੋਲਵ ਆ ਨਾ ਥਰਡ ਪਾਰਟੀ ਤੁਹਾਡੀ ਇਨਵੋਲਵਮੈਂਟ ਜਿਹੜੀ ਗੱਡੀ ਲੱਭ ਕੇ ਦਿੰਦੀ ਹੈ ਵੈਰੀ ਐਕਸਪੈਂਸਿਵ ਆ ਆਮ ਬੰਦੇ ਦੇ ਮੁਸ਼ਕਿਲਾਂ ਹੋ ਹਾਂਜੀ ਏਅਰ ਅਮਾਜ਼ਨ ਤੇ ਚਲੇ ਜਾਓ ਏਅਰ ਡ੍ਰੌਪ ਮਿਲਦੇ ਆ ਜੀ ਤਕਰੀਬਨ 10 ਡਾਲਰ ਦਾ 10 ਤੋਂ 15 ਡਾਲਰ ਦਾ ਇੱਕ ਪੈਂਦਾ ਚਾਰ ਪੰਜ ਲਾਓ ਗੱਡੀ ਦੇ ਵਿੱਚ ਥੋਸਾ ਥਾ ਸਿੱਟ ਦਿਓ ਅੱਛਾ ਜੀ ਟੋਟਲੀ ਟਰੈਕਿੰਗ ਡਿਵਾਈਸ ਤੁਸੀਂ ਤੁਹਾਡੇ ਆਪਣੇ ਫੋਨ ਨਾਲ ਲਿੰਕ ਕਰ ਸਕਦੇ ਹੋ ਜਿੱਥੇ ਜਿੱਥੇ ਗੱਡੀ ਜਾਂ ਇਹ ਗੱਡੀ ਟਰੈਕ ਹੁੰਦੀ ਰਹਿੰਦੀ ਹੈ ਤੁਹਾਡੀ ਤੁਸੀਂ ਆਪ ਲੱਭ ਸਕਦੇ ਹੋ ਕਿੱਥੇ ਗੱਡੀ ਖੜੀ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ ਬਹੁਤ درست ਹੈਗੀ ਕਿਉਂਕਿ ਪਿਛਲੇ ਦਿਨ ਇੱਕ ਰੇਂਜ ਰੋਵਰ ਕਾਲੇ ਰੰਗ ਦੀ ਚੋਰੀ ਹੋਈ ਸੀਗੀ ਤੇ ਉਹ ਗੱਡੀ ਦੇ ਵਿੱਚ ਵੀ ਉਹਨਾਂ ਨੇ ਤਿੰਨ ਜਿਹੜੇ ਹੈਗੇ ਜੀ ਇਹ ਗੈਜਟ ਰੱਖੇ ਹੋਏ ਸੀਗੇ ਦੋ ਉਹਨਾਂ ਨੇ ਕੱਢ ਕੇ ਸੁੱਟ ਦਿੱਤੇ ਤੇ ਇੱਕ ਉਹਦੇ ਵਿੱਚ ਪਿਆ ਰਿਹਾ ਤੇ ਜਿਹਦੀ ਬਦੌਲਤ ਜਿਹੜੀ ਹੈਗੀ ਆ ਉਹ ਇਹ ਚੀਜ਼ਾਂ ਹੋ ਗਈਆਂ ਪਰ ਭਾਜੀ ਇਹ ਇਹਨੂੰ ਜੇ ਆਪਾਂ ਕਹੀਏ ਇਹ ਤਾਂ ਇੱਕ ਟੈਂਪੋਰਰੀ ਪ੍ਰੋਕੈਸ਼ਨਸ ਹੈਗੇ ਨੇ ਇਹਨੂੰ ਆਪਾਂ ਜੇ ਕਹੀਏ ਕਿ ਪੂਰਨ ਤੌਰ ਦੇ ਉੱਤੇ ਇਹਦਾ ਕੰਟਰੋਲ ਕਰਨਾ ਹੋਵੇ ਉਹਦਾ ਤੁਹਾਡੇ ਪ੍ਰਤੀ ਕੀ ਕਹਿ ਸਕਦੇ ਹੋ ਤੁਸੀਂ ਮੈਂ ਬ੍ਰਦਰ 1980 ਚ ਕੈਨੇਡਾ ਆਇਆ ਸੀ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਜਿਹੜੇ ਡਰਾਈਵਰ ਲਾਇਸੈਂਸ ਸੀ ਨਾ ਸਿਰਫ ਪੇਪਰ ਦੇ ਹੁੰਦੇ ਸੀ ਜੀ ਇਸ ਟਾਈਮ ਫੋਟੋ ਆਈਡੀ ਬਣ ਗਈ ਕਿਉਂਕਿ ਜਿਹੜੀ ਟੈਕਨੋਲੋਜੀ ਹੈ ਜਿਉਂ-ਜਿਉਂ ਟੈਕਨੋਲੋਜੀ ਚੇਂਜ ਹੁੰਦੀ ਹੈ ਨਾ ਉਸ ਤਰ੍ਹਾਂ ਹੀ ਚੀਜ਼ਾਂ ਚੇਂਜ ਹੋਈ ਜਾਂਦੀਆਂ ਨੇ ਠੀਕ ਹੈ ਜੀ ਮੈਂ ਆਪ ਗੱਡੀ ਮੈਂ ਆਪ ਮੈਂ ਫਾਈਨੈਂਸ਼ਲੀ ਵੈਲ ਸੈਟਲਡ ਹਾਂ ਜੀ ਮੈਂ ਆਪ ਗੱਡੀ ਲੈਣਾ ਜਿਹਦੇ ਵਿੱਚ ਜਿਹੜਾ ਰਿਮੋਟਰਾ ਨਹੀਂ ਸਟਾਰਟ ਹੁੰਦੀ ਮੈਨੂੰ ਗੱਡੀ ਨਹੀਂ ਚਾਹੀਦੀ ਅੱਛਾ ਜੀ ਤੁਸੀਂ ਤੁਸੀਂ ਬੇਸਿਕ ਗੱਡੀ ਲਾਓ ਜਿਹਦੇ ਵਿੱਚ ਵੀ ਚਾਬੀ ਲੋਕ ਜੇਬ ਚ ਪਾ ਲੈਂਦੇ ਆ ਬਟਨ ਦਬੇ ਆ ਸਟਾਰਟ ਕਰ ਲਈ ਵੈਰੀ ਸਿੰਪਲ ਚੀਜ਼ ਆ ਜੀ ਵਾਈ ਡੂ ਯੂ ਨੀਡ ਥਿਸ ਸਟਫ ਹਾਂ ਜੀ ਜਿਹੜੀ ਜੇ ਤੁਹਾਡੀ ਗੱਡੀ ਚਾਬੀ ਨਾਲ ਸਟਾਰਟ ਹੁੰਦੀ ਹੈ ਜੀ ਨੰਬਰ 1 ਉਹ ਬਾਹਰੋਂ ਖੁੱਲਦੀ ਨਹੀਂ ਵੀ ਲੋਕ ਨਹੀਂ ਉਹਦੇ ਖੁੱਲਦੇ ਜਿਹੜਾ ਚੋਰ ਆ ਸਭ ਤੋਂ ਪਹਿਲਾਂ ਤਾਂ ਸ਼ੀਸ਼ਾ ਭੰਨੂ ਨੂੰ ਕੱਢੂ ਜਦੋਂ ਹੌਟ ਵਾਇਰ ਕਰਨ ਲੱਗਦਾ ਉਹਨੂੰ ਹੌਟ ਵਾਇਰ ਦੇ ਉੱਪਰ ਇੱਕ ਸਵਿੱਚ ਲੱਗਦੀ ਹੈ ਜੀ ਤੁਸੀਂ ਜਿੱਥੇ ਮਰਜ਼ੀ ਕੱਢ ਕੇ ਹੌਟ ਵਾਇਰ ਦੀ ਸਵਿੱਚ ਲਾ ਦਿਓ ਜੀ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਜੀ ਮੇਰੀ ਆਪਣੀ ਗੱਡੀ ਆ ਹਾਲ ਹਾਂਜੀ ਮੇਰੀ ਇਹਦੇ ਵਿੱਚ ਸਵਿਚ ਲੱਗੀ ਹੋਈ ਹੈ ਜੀ ਸਵਿਚ ਮੈਂ ਕਿਤੇ ਇਹ ਜੀ ਜਗ੍ਹਾ ਤੇ ਲਾਈ ਹੋਈ ਆ ਗੱਡੀ 'ਚ ਉਤਰ ਲੱਗਾ ਮੈਂ ਸਵਿਚ ਕੱਢਣਾ ਨਾ ਮਰਜੀ ਸਲਫਾ ਮਰੀ ਇਹਦੇ ਲੱਗਿਆ ਰਿਹਾ ਕਿ ਵੈਰੀ ਗੁੱਡ ਠੀਕ ਹੈ ਸਿੰਪਲ ਤੇ ਕੋ ਦੂਜੀ ਚੀਜ਼ ਕੀ ਹੈ ਜੀ ਕਈ ਚੀਜ਼ਾਂ ਦੀ ਨਾ ਸਾਨੂੰ ਜ਼ਰੂਰਤ ਨਹੀਂ ਹੁੰਦੀ ਅਸੀਂ ਦਿਖਾਉਣ ਲਈ ਲੈਨੇ ਆਂ ਹਾਂਜੀ ਮੈਂ ਐਗਜ਼ਾਮਪਲ ਦਿੰਦਾ ਜੀ ਮੈਂ ਤੇ ਬਿਜ਼ਨਸਮੈਨ ਆ ਮੈਂ ਮਹਿੰਗੀ ਗੱਡੀ ਵੀ ਰੱਖਾਂ ਮੈਂ ਟੈਕਸ ਦੇ ਵਿੱਚ ਕਲੇਮ ਕਰ ਦੂੰ ਸੋ ਮੈਨੂੰ ਤਾਂ ਠੀਕ ਆ ਜੀ ਮੈਨੂੰ ਦੇਖ ਕੇ ਮੇਰਾ ਭਰਾ ਪੰਗੇ ਲੈ ਰਿਹਾ ਮਹਿੰਗੀ ਗੱਡੀ ਲੈ ਰਿਹਾ ਦਿਖਾਉਣ ਲਈ ਤੇ ਲੈਣੀ ਆ ਕਿਸ਼ਤਾਂ ਤੇ ਹੁਣ ਸਭ ਤੋਂ ਵੱਡਾ ਇਸ਼ੂ ਦੱਸਣਾ ਜੀ ਤੁਹਾਨੂੰ ਮੈਂ ਲੀਗਲ ਪ੍ਰੋਫੈਸ਼ਨਰ ਚ ਇਨਵੋਲਮੈਂਟ ਤੁਹਾਨੂੰ ਦੱਸ ਦੇਣਾ ਜੀ ਲੋਕ ਗੱਡੀ ਲੀਜ਼ ਤੇ ਲੈਂਦੇ ਆ ਹਾਂਜੀ 20000 ਇਹਨਾਂ ਨੇ ਡਾਊਨ ਪੇਮੈਂਟ ਦਿੱਤੀ ਜੀ 80000 ਦੀ ਫਾਈਨਾਂਸਿੰਗ ਕਰਵਾ ਲਈ ਹਾਂਜੀ ਇੱਕ ਇੱਕ ਮਹੀਨੇ ਬਾਅਦ ਇਹਨਾਂ ਦੀ ਗੱਡੀ ਚੋਰੀ ਹੋ ਗਈ ਇਹ 20000 ਇਹਨਾਂ ਨੂੰ ਵਾਪਸ ਨਹੀਂ ਮਿਲਣਾ ਉਹ ਹਾਂਜੀ ਬਿਲਕੁਲ ਠੀਕ ਹੈ 30% ਉਹਦੀ ਡੈਪ੍ਰੀਸੀਏਸ਼ਨ ਹੋ ਜਾਂਦੀ ਆ ਗੱਡੀ ਦੀ ਬਾਹਰ ਨਿਕਲਦੀ ਸਾਰ ਇੰਸ਼ੋਰੈਂਸ ਦਾ ਡਿਡੈਕਟਿਵਲ ਆ ਜਾਂਦਾ ਉਹਦੇ ਵਿੱਚੋਂ ਹੂੰ ਹੂੰ ਜਿਹੜਾ ਕਿ ਰਿਕਵਰਵਲ ਹੋ ਜਾਂਦਾ ਉਹਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਆ ਬੰਦੇ ਨੂੰ ਜਿਹੜੀ ਬੈਂਕ ਆ ਬੇਸ਼ੱਕ ਤੁਹਾਡੀ ਗੱਡੀ ਚੋਰੀ ਹੋ ਗਈ ਇੰਸ਼ੋਰੈਂਸ ਨੇ ਤੁਹਾਡੀ ਉਹਦੀ ਵੈਲਿਊ ਦੇ ਦਿੱਤੀ ਬਾਕੀ ਪੈਸਾ ਤੁਸੀਂ ਪੇ ਕਰਨਾ ਜੀ ਤੇ ਉਦੋਂ بچਣ ਦੇ ਲਈ ਆਪਣੇ ਆਪ ਨੂੰ ਆਪ ਹੀ ਪ੍ਰੋਟੈਕਟ ਕਰ ਲਓ ਜੀ ਜਿਹੜੀ ਚੀਜ਼ ਲਈ ਅਸੀਂ ਦਿਖਾ ਰਹੇ ਆਂ ਨਹੀਂ ਬਿਲਕੁਲ ਉਹ ਵੀ ਗੱਲ ਚਲੋ ਤੁਹਾਡੀ ਠੀਕ ਆ ਲੇਕਿਨ ਜੇ ਬੰਦੇ ਨੇ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਇੱਕ ਮਿੰਟ ਆਪਾਂ ਲਾਅ ਏਜੰਸੀਆਂ ਵੱਲ ਜੇ ਗੱਲ ਕਰੀਏ ਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਬਣਦੀ ਆ ਚਾਹੇ ਉਹ ਸਿਟੀ ਆ ਚਾਹੇ ਉਹ ਲਾਅ ਏਜੰਸੀਜ਼ ਹੈਗੀਆਂ ਨੇ ਜੇ ਤੁਸੀਂ ਇਹ ਦੇਖੋ ਗੱਡੀ ਤੁਸੀਂ ਅਫੋਰਡ ਕਰ ਸਕਦੇ ਹੋ ਤੁਸੀਂ ਰੱਖ ਸਕਦੇ ਹੋ ਲੇਕਿਨ ਉਹਨੂੰ ਪ੍ਰੋਟੈਕਟ ਕਰਨਾ ਲਾਅ ਏਜੰਸੀਜ਼ ਦਾ ਕੰਮ ਹੈਗਾ ਜੇ ਆਪਾਂ ਉਹਦੇ ਬਾਰੇ ਗੱਲ ਕਰੀਏ ਓਕੇ ਮੈਂ ਉਹਦੇ ਵੱਲ ਤੁਹਾਨੂੰ ਦੱਸ ਦੇਣਾ ਜੀ ਸਿਰਫ ਜਿਹੜੀ ਪੁਲਿਸ ਹੁੰਦੀ ਆ ਪੁਲਿਸ ਕੋ ਲਿਮਿਟਡ ਰਿਸੋਰਸਸ ਹੁੰਦੇ ਨੇ ਹੁੰਦੇ ਸਾਰੇ ਨੇ ਮੈਨ ਪਾਵਰ ਨਹੀਂ ਹੁੰਦੀ ਇਹਨਾਂ ਕੋਲੇ ਨਹੀਂ ਮੈਂ ਐਗਜ਼ਾਮਪਲ ਦਿੰਨਾ ਜੀ ਬ੍ਰੈਂਪਟਨ ਦੇ ਵਿੱਚ ਮੈਂ ਬ੍ਰੈਂਪਟਨ ਦੇ ਵਿੱਚੋਂ ਬੋਲ ਰਿਹਾ ਬ੍ਰੈਂਪਟਨ ਦੇ ਵਿੱਚ ਮੰਨ ਲਾਓ ਇਸ ਟਾਈਮ 1000 ਕ੍ਰਾਈਮ ਹੋ ਰਿਹਾ ਜੀ ਸੋਬਰੀ ਸਿਟੀ ਸਰੋਤਲ ਟੂ ਪੋਸਟਸ਼ਨਾਂ ਦੇ ਵਿੱਚ ਗਿਆ ਹੋਇਆ ਸਾਡੀ ਗੱਡੀ ਚੋਰੀ ਹੋ ਗਈ ਗੱਡੀ ਦੀ ਰਿਪੋਰਟ ਥੋੜੋ ਲੈ ਲਓ ਹੂੰ ਹੂੰ ਸੋ ਜਿਹੜੀ ਪ੍ਰਾਇੋਰਟੀ ਬੇਸ ਦੇ ਉੱਪਰ ਆ ਜਦੋਂ ਲਾ ਐਨਫੋਰਸ ਨੂੰ ਕਹਿੰਦੇ ਆ ਨਾ ਲਾ ਐਨਫੋਰਸ ਨਾਲ ਸਾਡੀਆਂ ਆਪਣੀਆਂ ਡਿਊਟੀਆਂ ਵੀ ਬਣਦੀਆਂ ਨੇ ਪਰ ਬ੍ਰਦਰ ਜੇ ਜੇ ਹੁਣ ਜੇ ਬ੍ਰੈਂਪਟਨ ਦੇ ਵਿੱਚ ਪਾਪੂਲੇਸ਼ਨ ਵਧੀ ਹੈਗੀ ਆ ਤੇ ਪੁਲਿਸ ਦੀ ਸੰਖਿਆ ਜਿਹੜੀ ਉਹ ਵੀ ਵਧਣੀ ਜ਼ਰੂਰੀ ਹੈ ਬਿਲਕੁਲ ਵਧੀ ਹੋਈ ਹੈ ਜੀ ਰੀਜ਼ਨ ਕੀ ਆ ਰਿਸੋਰਸ ਰਿਸੋਰਸ ਐਨ ਸਟ੍ਰੈਚ ਹੋਏ ਨੇ ਨਿਹੜਾ ਪੁਲਿਸ ਅਫੀਸਰ ਆ ਸਭ ਤੋਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਐਮਪੀਅਰਡ ਦੇ ਵਿੱਚ ਬੰਦਾ ਚਾਰਜ ਹੁੰਦਾ ਸ਼ਰਾਬ ਪੀਤੀ ਬੰਦਾ ਫੜ ਲਿਆ ਕੋਈ ਹਾਂਜੀ ਜਿਹਨੇ ਅਰੈਸਟ ਕੀਤਾ ਚਾਰ ਘੰਟੇ ਦਾ ਵਿਚਾਰਾ ਉਹ ਪੇਪਰ ਵਰਕ ਕਰਦਾ ਜੀ 2 ਘੰਟੇ ਜਿਹਨੇ ਟੈਸਟ ਲੈਣੇ ਨੇ ਉਹਨੇ 8 ਘੰਟੇ ਪੇਪਰ ਫਾਈਲ ਕਰਨ ਨੂੰ ਉਹ ਇੱਕ ਪੁਲਿਸ ਅਫੀਸਰ ਦੇ ਦੋ ਦਿਨੇ ਕੰਪੀਅਰ ਨੂੰ ਕਰਨ ਨੂੰ ਲੱਗ ਜਾਂਦੇ ਨੇ ਹੁੰਦੇ ਨੇ ਠੀਕ ਹੈ ਜਿਹੜਾ ਸਿਸਟਮ ਆ ਨਾ ਸਾਡਾ ਜਿਹੜਾ ਅਸੀਂ ਸਿਸਟਮ ਆ ਪ੍ਰੋਸੀਕਿਊਸ਼ਨ ਬਿਲਕੁਲ ਵੀ ਹੈ ਨਹੀਂ ਜੀ ਜਿਹੜੀ ਸਾਡੇ ਅਸਲ ਦੇ ਵਿੱਚ ਆਉਂਦਾ ਫੈਟਰਲ ਗਵਰਨਮੈਂਟ ਦੇ ਉੱਪਰ ਸਾਰਾ ਕੁਝ ਤੁਸੀਂ ਗਾਈਡਲਾਈਨਸ ਕਿਤੇ ਪੜ੍ਹ ਕੇ ਦੇਖੋ ਜਦੋਂ ਮੰਨ ਲਓ ਪਹਿਲੀ ਵਾਰੀ ਬੰਦਾ ਅਰੈਸਟ ਹੋ ਗਿਆ ਗੱਡੀ ਚੋਰੀ ਕਰਦਾ ਹਾਂਜੀ ਉਹ ਇਨੋਸੈਂਟਾ ਜਦੋਂ ਤੱਕ ਪ੍ਰੂਵਨ ਗਿਲਟੀ ਨਹੀਂ ਹੋਇਆ ਜੀ ਠੀਕ ਹੈ ਠੀਕ ਹੈ ਜੀ ਉਸ ਟਾਈਮ ਦੇ ਵਿੱਚ ਬੰਦਾ ਦੁਬਾਰਾ ਫੇਰ ਕ੍ਰਾਈਮ ਕਰਦਾ ਬਿਲਕੁਲ ਬਿਲਕੁਲ ਉਹਦੀ ਉਹਦੀ ਛੇਲ ਫੇਰ ਹੋ ਜਾਂਦੀ ਆ ਹਾਂਜੀ ਉਹ ਤੀਸਰੀ ਵਾਰੀ ਫੇਰ ਕਰਦਾ ਉਹਦੇ ਲਈ ਨਾ ਜਿਹੜਾ ਸਿਸਟਮ ਹੈ ਇੱਕ ਜੋਕ ਬਣ ਜੇਦਾ ਮੈਂ ਇਹਨੂੰ ਆਪਣੀ ਬੋਲੀ ਚ ਕਹਿਣਾ ਹੁੰਦਾ ਲਾ ਇਸ ਫਾਰ ਲਾ ਅਵਾਈਡਿੰਗ ਸਿਟੀਜ਼ਨ ਜੀ 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 ਲਈ ਖੇਡਾ ਖੇਡਾ ਮੇਰੇ ਕੋਲ ਆਪਦਾ ਇੱਕ ਕਲਾਇੰਟ ਆ ਜੀ ਜੇ ਮੈਂ ਉਹਨੂੰ ਪੁੱਛਦਾ ਵਾਈ ਯੂ ਡੂਇੰਗ ਥਿਸ ਕਹਿੰਦਾ ਲਾਜ਼ ਆਰ ਮੇਡ ਟੂ ਬੀ ਬ੍ਰੋਕਨ ਹੂੰ ਜੀ ਬਿਲਕੁਲ ਸੋ ਜਿਹੜੀ ਗੱਲ ਗੱਲ ਤਾਂ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈਗੀ ਆ ਕਿ ਜਦੋਂ ਪਹਿਲੀ ਵਾਰ ਦੂਜੀ ਵਾਰ ਹੀ ਬੰਦਾ ਕਰਾਇਮ ਕਰਦਾ ਜੇ ਤੁਸੀਂ ਉਹਨੂੰ ਨਹੀਂ ਲਾਅ ਦੇ ਵਿੱਚ ਬੰਨ ਸਕਦੇ ਤੇ ਫਿਰ ਉਹਨਾਂ ਲਈ ਤਾਂ ਮਜ਼ਾਕ ਹੀ ਬਣ ਜਾਂਦਾ ਜਿਹੜਾ ਸਭ ਤੋਂ ਵੱਡਾ ਇਸ਼ੂ ਆ ਬ੍ਰਦਰ ਅੱਜ ਤੱਕ ਜਦੋਂ ਵੀ ਇਲੈਕਸ਼ਨ ਹੁੰਦੀ ਆ ਮੈਨੂੰ ਦੱਸ ਦਿਓ ਕਦੇ ਵੀ ਜਿਹੜੇ ਸਾਡੇ ਬੰਦੇ ਮੈਂ ਪਾਰਟੀ ਦਾ ਨਾਮ ਨਹੀਂ ਲੈਂਦਾ ਕਿਸੇ ਨੂੰ ਵੀ ਲੈ ਲਓ ਤੁਸੀਂ ਸਾਡੇ ਬੰਦੇ ਨੇ ਕਦੇ ਸਵਾਲ ਕੀਤਾ ਤੁਸੀਂ ਕੀ ਕਰੋਗੇ ਜੀ 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 ਕਦੇ ਸਵਾਲ ਕਦੇ ਡਿਬੇਟ ਦੇ ਵਿੱਚ ਹਿੱਸਾ ਲਿਆ ਇਹਨਾਂ ਨੇ ਜਾ ਕੇ ਹਾਂਜੀ ਇੱਕ ਦੂਜੇ ਨੂੰ ਦੇਖ ਕੇ ਤਾਂ ਅਸੀਂ ਵੋਟਾਂ ਪਾਉਂਦੇ ਆ ਜੀ ਬਿਲਕੁਲ ਤੇ ਉਹਦਾ ਕਾਮਯਾਬੀ ਜਿਹੜਾ ਹੈਗਾ ਅੱਜ ਆਪਾਂ ਭੁਗਤ ਰਹੇ ਹਾਂ ਸਾਰੇ ਹਾਂ ਜੀ ਜਿਹੜੀ ਜਿਹੜਾ ਜਿਹੜੀ ਸਾਡੀ ਮੈਂਟੈਲਿਟੀ ਬੈਕ ਹੋਮ ਸੀ ਉਹੀ ਮੈਂਟੈਲਿਟੀ ਅਸੀਂ ਇੱਥੇ ਸ਼ੁਰੂ ਕਰਦੇ ਜੀ ਜੀ ਨਹੀਂ ਤੁਹਾਡੇ ਬਹੁਤ ਵਧੀਆ ਵਿਚਾਰ ਜਿਹੜੇ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਹਾਂ ਜੀ ਹਾਂ ਜੀ ਸਿੰਪਲ ਚੀਜ਼ ਹੈ ਜੀ ਇਹਦੇ ਵਿੱਚ ਵੀ ਨੀਡ ਟੂ ਚੇਂਜ ਇਨ ਆਰਡਰ ਟੂ ਚੇਂਜ ਦੀ ਸਿਸਟਮ ਸਿਸਟਮ ਇਜ਼ ਫਾਰ ਅਸ ਵੀ ਆਰ ਨਾਟ ਫਾਰ ਦੀ ਸਿਸਟਮ ਜੀ ਜੀ ਜਦੋਂ ਲੋਕ ਮੈਨੂੰ ਪ੍ਰਮਾਤਮਾ ਦੀ ਗੱਲ ਕਰਦੇ ਨੇ ਮੈਂ ਕਹਾਂ ਮੈਂ ਤਾਂ ਸਿੰਪਲ ਸਵਾਲ ਪੁੱਛਦਾ ਵੀਰ ਮੈਂ ਰੱਬ ਲਈ ਬਣਿਆ ਕਾ ਰੱਬ ਮੇਰੇ ਲਈ ਬਣਿਆ ਹੂੰ ਜਦੋਂ ਤੁਹਾਨੂੰ ਜਵਾਬ ਨਹੀਂ ਲੱਗਦਾ ਚੀਜ਼ ਦਾ ਯਾਰ ਤੁਸੀਂ ਆਧ ਵਿਚਾਲੇ ਕਰਦੇ ਉਧਰ ਨੂੰ ਖਿੱਚਦੇ ਹੋ ਨਾ ਕਰਦੇ ਉਧਰ ਨੂੰ ਆਪਾਂ ਇੱਕ ਟੌਪਿਕ ਤੇ ਰਹਿ ਗਏ ਇੱਕ ਚੀਜ਼ ਨੂੰ ਫੜ ਕੇ ਸੇਰੇ ਲਾਈਏ ਸੋ ਮੇਰੇ ਤਾਂ ਇੰਨੇ ਹੀ ਵੀ ਨੇ ਵੀਰ ਜੀ ਕਈ ਵਾਰੀ ਆਪਣੀਆਂ ਵੀ ਗਲਤੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਤੇ ਸਭ ਤੋਂ ਜ਼ਿਆਦਾ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ ਇਹ ਆ ਰਹੀ ਹੈ ਐਸ ਟਾਈਮ ਜਿੱਨਾ ਮੈਂ ਕਹਿ ਨਹੀਂ ਸਕਦਾ ਜਿੰਨੇ ਬੰਦੇ ਫੜ ਰਹੇ ਨੇ ਓਵਰ 80% ਉਹਨਾਂ ਚੋਂ ਇੰਟਰਨੈਸ਼ਨਲ ਸਟੂਡੈਂਟ ਨੇ ਜੀ ਬਿਲਕੁਲ 올 ਓਵਰ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਕਿ 150 ਤੋਂ ਬਾਅਦ ਜ਼ਿਆਦਾ ਬੰਦੇ ਜਿਹੜੇ ਹੈਗੇ ਜੀ ਇਹਦੇ ਵਿੱਚ ਇਨਵੋਲਵ ਹੋਏ ਆ ਔਰ ਜਿਨ੍ਹਾਂ ਦੀ ਅਰੈਸਟ ਪੁਲਿਸ ਵੱਲੋਂ ਪਾਈ ਜਾ ਚੁੱਕੀ ਆ ਦੇ ਆਰ ਔਨ ਦਾ ਬੇਲ ਸੋ ਇਹਨਾਂ ਜਿਆਦਾ ਜੇ ਕੋ ਪੀਲ ਪੁਲਿਸ ਹੋਵੇ ਜਾਂ ਯੂਰਕ ਪੁਲਿਸ ਹੋਵੇ ਇਹਨਾਂ ਨੇ ਆਪਣੇ ਐਫਰਟ ਲਗਾ ਕੇ ਬੰਦੇ ਤਾਂ ਅਰੈਸਟ ਕਰ ਲਏ ਲੇਕਿਨ ਹੁਣ ਜਿਹੜਾ ਲਾਅ ਹੈਗਾ ਆ ਉਹ ਉਹਨਾਂ ਨੂੰ ਰਾਈਟ ਅਵੇ ਬੇਲ ਦੇ ਦਿੰਦਾ ਤੇ ਜਿਸ ਤੋਂ ਬਾਅਦ ਉਹ ਫਿਰ ਕੰਟੀਨਿਊਟਲੀ ਦੇ ਵਿੱਚ ਜਿਹੜਾ ਹੈਗਾ ਜੀ ਅਪਰਾਧ ਪਹਿਲੀ ਵਾਰੀ ਦੂਜੀ ਵਾਰੀ ਤੀਜੀ ਵਾਰੀ ਇੱਕ ਕਰ ਹੀ ਜਾਂਦੇ ਨੇ ਹਾਂਜੀ ਸਭ ਤੋਂ ਵੱਡਾ ਜਿਹੜੀ ਮੈਂ ਐਗਜ਼ਾਮਪਲ ਹੀ ਦੇ ਸਕਦਾ ਜੀ ਬੱਚੇ ਇਹੋ ਜਿਹੇ ਆਉਂਦੇ ਨੇ ਕਈ ਵਾਰੀ ਸਾਡੇ ਕੋਲ ਆਫਿਸ ਦੇ ਵਿੱਚ ਉਹਨਾਂ ਦੀ ਜਿਹੜੀ ਗੱਲ ਕਰਨ ਦੀ ਟੈਕਨੀਕ ਆ ਉਹ ਇਹ ਆ ਆਈ ਹੈਵ ਦੀ ਮਨੀ ਹਾਂਜੀ ਤੇ ਫਿਰ ਐਨੀਵੇ ਮਾ ਟਾਪਿਕ ਤੇ ਨਹੀਂ ਕੋਈ ਹੋਰ ਵੀ ਗੱਲ ਕਰ ਲਵੇ ਆ ਵੀਰ ਆਫ ਦੀ ਟਾਪਿਕ ਬਿਲਕੁਲ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਫॉर ਯੋਰ ਟਾਈਮ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਜੀ ਔਰ ਸਾਡੇ ਨਾਲ BWCE ਇਮੀਗ੍ਰੇਸ਼ਨ ਤੋਂ ਮੈਡਮ ਡਿੰਕੀ ਵਰਮਾ ਜੁੜ ਚੁੱਕੇ ਨੇ ਜੀ ਸਵਾਗਤ ਆਪ ਜੀ ਦਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਔਰ ਅੱਜ ਦੀ ਕੀ ਜੀ ਇਮੀਗ੍ਰੇਸ਼ਨ ਅਪਡੇਟਸ ਹੈਗੀਆਂ ਨੇ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ ਹਾਂ ਜੀ ਅੱਜ ਕੱਲ ਅੱਜ ਰੀਸੈਂਟਲੀ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਅਨਾਉਂਸਮੈਂਟ ਕੀਤੀ ਹੈ ਕਿ ਉਹ ਇਸ ਇਸ ਦਸੰਬਰ ਦੇ ਵਿੱਚ ਸਕਿੱਲ ਟ੍ਰੇਡ ਦੇ ਵਿੱਚ ਜਿਹੜਾ ਹੈਗਾ ਆ ਕੈਟਾਗਰੀ ਬੇਸ ਜਿਹੜਾ ਪੀਐਨਪੀ ਦਾ ਡਰਾ ਲੈ ਕੇ ਆ ਰਹੇ ਆ ਸੋ ਮੇਰੀ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਗੁਜਾਰਿਸ਼ ਹੈਗੀ ਆ ਕਿ ਜਿਨ੍ਹਾਂ ਨੇ ਪੀਐਨਪੀ ਨਹੀਂ ਲਗਾਈ ਹੈਗੀ ਔਰ ਐਕਸਪ੍ਰੈਸ ਦੇ ਵਿੱਚ ਆਪਣੀ ਪੂਲ ਦੇ ਵਿੱਚ ਫਾਈਲ ਨਹੀਂ ਪਾਈ ਹੈਗੀ ਉਹ ਸਾਡੇ ਨਾਲ ਰਾਫਤਾ ਕਾਇਮ ਕਰ ਸਕਦੇ ਆ ਉਹ ਜਲਦ ਤੋਂ ਜਲਦ ਆਪਣੀ ਫਾਈਲ ਜਿਹੜੀ ਹੈਗੀ ਆ ਪੂਲ ਦੇ ਵਿੱਚ ਪਾਲਨ ਕਿਉਂਕਿ ਇਸ ਦਸੰਬਰ ਦੇ ਵਿੱਚ ਜਿਹੜਾ ਹੈਗਾ ਕੈਟਾਗਰੀ ਬੇਸ ਪੀਐਨਪੀ ਦਾ ਡਰਾਅ ਜ਼ਰੂਰ ਆਏਗਾ ਕਿਉਂਕਿ ਇਹੀ ਇਮੀਗ੍ਰੇਸ਼ਨ ਮਿਨਿਸਟਰ ਨੇ ਅਨਾਉਂਸਮੈਂਟ ਕੀਤੀ ਆ ਸੋ ਇਸ ਦੇ ਨਾਲ ਨਾਲ ਇੱਕ ਹੋਰ ਅਪਡੇਟ ਹੈਗੀ ਆ ਕਿ ਜਿਨ੍ਹਾਂ ਦੇ ਆਪਣੇ ਰਿਮੂਵਲ ਆਰਡਰਸ ਆ ਜਾਂਦੇ ਆ ਪੀਆਰ ਨੂੰ ਲੈ ਕੇ ਜਾਂ 에어ਪੋਰਟ ਤੇ ਕੋਈ ਡਿਟੈਂਸ਼ਨਸ ਰੱਖ ਜਾਂਦੇ ਆ ਉਹ ਵੀ ਸਾਡੇ ਨਾਲ ਰਫਟਾ ਕੰਮ ਕਰ ਸਕਦੇ ਆ ਕਿਉਂਕਿ ਅਸੀਂ ਉਹ ਵੀ ਸਰਵਿਸਿਜ਼ ਜਿਹੜੀਆਂ ਹੈਗੀਆਂ ਆ ਪ੍ਰੋਵਾਈਡ ਕਰਦੇ ਆ ਸੋ ਇਹਨਾਂ ਦੀ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਟੈਲੀਫੋਨ ਨੰਬਰ ਹੈਗਾ 9059121155 ਸੋ ਜਿਹੜਾ ਆਫਿਸ ਹੈਗਾ ਸਟੀਲ ਐਂਡ ਰਦਰਫੋਰ ਇੰਟਰਸੈਕਸ਼ਨ ਤੇ ਹੈਗਾ ਆ ਬੀਬੀਸੀ ਸੋ 350 ਰਦਰਫੋਰ ਰੋਡ ਸਾਊਥ ਪਲਾਜ਼ਾ ਨੰਬਰ 2 ਜਿਹੜੇ ਨੰਬਰ 235 ਜੀ ਬਹੁਤ ਬਹੁਤ ਥੈਂਕ ਯੂ ਜੀ ਫਿਰ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਹੋਰ ਜਾਣਕਾਰੀ ਦੇ ਲਈ ਤੁਹਾਡੇ ਨਾਲ ਜੁੜਾਂਗੇ ਥੈਂਕ ਯੂ ਥੈਂਕ ਯੂ ਔਰ BWC ਇਮੀਗ੍ਰੇਸ਼ਨ ਤੁਸੀਂ ਇਮੀਗ੍ਰੇਸ਼ਨ ਦੇ ਕੋਈ ਵੀ ਸਰਵਿਸਿਜ਼ ਲੈਣੀਆਂ ਹੈਗੀਆਂ ਤੇ ਤੁਸੀਂ BWC ਇਮੀਗ੍ਰੇਸ਼ਨ ਦੇ ਨਾਲ ਗੱਲਬਾਤ ਕਰ ਸਕਦੇ ਹੋ 905 912 1155 ਦੇ ਉੱਤੇ ਸਾਡੇ ਨਾਲ ਸਟੂਡੀਓ ਦੇ ਉੱਤੇ ਸਾਂਝ ਪਾਉਣੀ ਹੈਗੀ ਆ 905 799 0999 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ ਸਾਡੇ ਅਗਲੇ ਕਾਲਰ ਔਨ 에ਅਰ ਹੈਗੇ ਨੇ ਜੀ ਸਵਾਗਤ ਆਪ ਜੀ ਦਾ ਹਾਂਜੀ ਸਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਆ ਮੈਂ ਟਾਕ ਸ਼ੋਅ ਸੁਣ ਰਿਹਾ ਸੀਗਾ ਜੀ ਗੱਡੀਆਂ ਦੀ ਚੋਰੀ ਤੇ ਗੱਲ ਚੱਲ ਰਹੀ ਸੀਗੀ ਤੇ ਪਹਿਲੋਂ ਵਾਲੇ ਭਾਈ ਸਾਹਿਬ ਬਹੁਤ ਵਧੀਆ ਦੱਸ ਕੇ ਗਏ ਨੇ ਕਿ ਲਾ ਦੇ ਰਿਸੋਰਸਸ ਨਹੀਂ ਜੀ ਤੇ ਜਿਹੜੇ ਲਾ ਦੇ ਆਪਣੇ ਕਾਨੂੰਨ ਬਣਾਏ ਹੋਏ ਨੇ ਜੀ ਉਹਨਾਂ ਦੇ ਜਿਹੜੇ ਆਪਾਂ ਜ਼ਿੰਮੇਵਾਰ ਬੰਦੇ ਅੱਗੇ ਕੀਤੇ ਹੋਏ ਨੇ ਐਮਪੀਪੀਜ਼ ਐਮਪੀਜ਼ ਇਹਨਾਂ ਤੱਕ ਕਿੰਨੇ ਆਪਣੀ ਕਮਿਊਨਿਟੀ ਈਮੇਲਸ ਪਾ ਕੇ ਇਹਨਾਂ ਨੂੰ ਫੋਰਸ ਕਰਦੇ ਨੇ ਕਿ ਤੁਸੀਂ ਚੇਂਜਸ ਦੀ ਡਿਮਾਂਡ ਕਰੋ ਜੀ ਤੇ ਇਸ ਚੇਂजेस ਦੀ ਸਾਰਿਆਂ ਤੋਂ ਪਹਿਲਾਂ ਕਮਿਊਨਿਟੀ ਚੋਂ ਸ਼ੁਰੂ ਹੋਣੇ ਚਾਹੀਦੇ ਨੇ ਜਦ ਤੱਕ ਕਮਿਊਨਿਟੀ ਆਵਾਜ਼ ਨਹੀਂ ਉਠਾਉਗੀ ਤਦ ਤੱਕ ਆਪਾਂ ਨੂੰ ਇਹ ਘਟਨਾਵਾਂ ਬਾਰ-ਬਾਰ ਫੇਸ ਕਰਨੀਆਂ ਪੈਣਗੀਆਂ ਜੀ ਰੂਲਸ ਦੇ ਵਿੱਚ ਚੇਂਜ ਦੀ ਲੋੜ ਹੈ ਜੀ ਇਨਫੋਰਸਮੈਂਟ ਦੇ ਵਿੱਚ ਕਮੀ ਹੈ ਰਿਸੋਰਸਸ ਦੀ ਕਮੀ ਹੈ ਉਹ ਅਨਦਰ ਮੈਟਰ ਹੈ ਪਰ ਪਹਿਲਾਂ ਜਿਹੜੇ ਫੜੇ ਜਾਂਦੇ ਨੇ ਜੇ ਮੰਨ ਲਓ 100 ਚੋਂ 10 ਬੰਦੇ ਫੜੇ ਗਏ ਨੇ ਉਹ ਤਾਂ ਜੀ ਅਗਲੇ ਦਿਨ ਬਾਹਰ ਆ ਜਾਂਦੇ ਨੇ ਹਾਂਜੀ ਤੋ ਲੋਡ ਆਪਾਂ ਨੂੰ ਜੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਹੈ ਸਭ ਤੋਂ ਪਹਿਲੀ ਲੋੜ ਪਰ ਅਗੇਨ ਆਪਾਂ ਜਦੋਂ ਵੋਟਾਂ ਪਾਉਂਦੇ ਆ ਆਪਾਂ ਆਪਣੇ ਅਧਿਕਾਰ ਨਹੀਂ ਯੂਜ਼ ਕਰਦੇ ਨਾ ਕੁਐਸਚਨਿੰਗ ਕਰਦੇ ਆ ਕਿ ਆਪਾਂ ਬਾਰ ਬਾਰ ਇੱਕ ਗੱਲ ਸੁਣਦੇ ਆ ਜੀ ਮਾਫ ਕਰਨਾ ਕਿਉਂਕਿ ਆਪਾਂ ਬਾਰ ਬਾਰ ਸੁਣਦੇ ਆ ਜੀ ਕਮਿਊਨਿਟੀ ਵੱਧ ਗਈ ਹੈਗੀ ਜਾਂ ਰਿਸੋਰਸਸ ਘਟ ਨੇ ਪਰ ਜੇ ਆਪਾਂ ਇਹਨੂੰ 2 ਵਾਰਸਾ ਦੇਖੀਏ ਜੇ ਅਸੀਂ ਕਮਿਊਨਿਟੀ ਵਧੀਆ ਤੇ ਟੈਕਸ ਪੇਅਰ ਵਧੇ ਨੇ ਜੇ ਬ੍ਰੈਮਟਨ ਦੇ ਵਿੱਚ ਜਨਸੰਖਿਆ ਵਧੀਆ ਤੇ ਬ੍ਰੈਮਟਨ ਦੇ ਵਿੱਚ ਜਾਬਾਂ ਵੀ ਵਧੀਆਂ ਨੇ ਬ੍ਰੈਮਟਨ ਦੇ ਵਿੱਚ ਟੈਕਸ ਪੇਅਰ ਵੀ ਵਧਿਆ ਹੈ ਤੇ ਜੇ ਟੈਕਸ ਪੇਅਰ ਵਧਿਆ ਹੈਗਾ ਤੇ ਉਹਨਾਂ ਨੂੰ ਸਹੂਲਤਾਂ ਦੇਣ ਦੇ ਲਈ ਤੁਹਾਨੂੰ ਜਿਹੜਾ ਹੈਗਾ ਜੀ ਹੋਰ ਜ਼ਿਆਦਾ ਹਾਇਰਿੰਗ ਕਰਨੀ ਚਾਹੀਦੀ ਹੈ ਥੈਨ ਉਹ ਵੀਰ ਜੀ ਆਪਣਾ ਹੋਰ ਮੁੱਦੇ ਆ ਜਾਣਗੇ ਸਿਟੀ ਦੇ ਬਜਟਸ ਦੇ ਆਡਿਟਸ ਆ ਜਾਣਗੇ ਜੇ ਟੈਪ ਪ੍ਰਾਪਰਟੀ ਟੈਕਸ ਵਧ ਰਹੇ ਨੇ ਹੁਣ ਇੱਕ ਤਰ੍ਹਾਂ ਡਬਲ ਇਕਨੋਮੀ ਚੱਲ ਰਹੀ ਆ ਬ੍ਰੈਂਟਨ ਚ ਇੱਕ ਇਕਨੋਮੀ ਉੱਪਰਲੇ ਲੈਵਲ ਤੇ ਰਹਿੰਦੀ ਏ ਕਿ ਇਕਨੋਮੀ ਬੇਸਮੈਂਟ ਲੈਵਲ ਤੇ ਰਹਿੰਦੀ ਏ ਸੋ ਇਹ ਤਾਂ ਜੇ ਦੇਖੋ ਇੰਨੀ ਕੁ ਜ਼ਿਆਦਾ ਪ੍ਰੋਬਲਮ ਵੱਧ ਚੁੱਕੀ ਆ ਬ੍ਰੈਂਟਨ ਦੇ ਵਿੱਚ ਕਿ ਆਪਾਂ ਨੂੰ ਇਹਦਾ ਹੁਣ ਹੱਲ ਲੱਭਣਾ ਵੀ ਮੁਸ਼ਕਿਲ ਹੋ ਰਿਹਾ ਆ ਜੀ ਆਪਣੇ ਤੋਂ ਇੰਨੀ ਕੁ ਕੰਪਲਿਕੇਟਿਡ ਹੋ ਗਈ ਆ ਸੈਕੰਡ ਵੈਲਿੰਗਸ ਆ ਗਈਆਂ ਨੇ ਜੀ ਉਸ ਤੋਂ ਬਾਅਦ ਕ੍ਰਾਈਮ ਵੱਧ ਰਿਹਾ ਆ ਜੀ ਗਰੀਬੀ ਤੇ ਅਮੀਰੀ ਚ ਪਾੜਾ ਕਿੰਨਾ ਵੱਧ ਰਿਹਾ ਆ ਜਿਹੜੀ ਅਪਰ ਰੈਸੈਸ਼ਨ ਦਾ ਗੁਜ਼ਰ ਰਹੇ ਆ ਇਹ ਵੀ ਗੱਲ ਪੁਆਇੰਟ ਆਪਾਂ ਨੇ ਧਿਆਨ ਚ ਰੱਖਣਾ ਚਾਹੀਦਾ ਆ ਕਿ ਇਹਨਾਂ ਟਾਈਮਾਂ 'ਚ ਇਹ ਵਾਰਦਰਤਾ ਨੇਚੁਰਲੀ ਵਾਧਦੀਆਂ ਹੁੰਦੀਆਂ ਨੇ ਜੀ 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 ਬਹੁਤ ਵਧੀਆ ਵਾਜਿਬ ਤੁਹਾਡੇ ਪੁਆਇੰਟ ਤੁਸੀਂ ਸ਼ੇਅਰ ਕੀਤੇ ਜੀ ਬਸ ਸਹੀ ਹੈ ਜੀ ਸਾਡੀ ਤਾਂ ਇਹੀ ਬਰਖਾਸਤ ਹੈ ਸਾਰਿਆਂ ਨੂੰ ਕਿ ਇਹਨਾਂ ਪ੍ਰੋਬਲਮਸ ਤੋਂ ਬਚਣ ਦੇ ਲਈ ਆਪਣੇ ਐਮਪੀਪੀਜ਼ ਨੂੰ ਈਮੇਲਸ ਪਾਓ ਵਤ ਤੋਂ ਵਤ ਆਪਣੇ ਕਾਉਂਸਲਰਸ ਤੱਕ ਰੀਚ ਆਊਟ ਕਰੋ ਇਹ ਚੇਂਜਸ ਆਪਣੇ ਤੋਂ ਸ਼ੁਰੂ ਹੋਣਗੇ ਜੀ ਜੇ ਬਿਲਕੁਲ ਹੋਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਕਿਸੇ ਨਾ ਕਿਸੇ ਨੁਮਾਇੰਦੇ ਨੂੰ ਆਪਾਂ ਔਨ 에ਅਰ ਕਰੀਏ ਉਹਨਾਂ ਦੇ ਨਾਲ ਰਾਫਤਾ ਕਰੀਏ ਤੇ ਇਹਦੇ ਬਾਬਤ ਜਿਹੜੀਆਂ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਤੇ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਨਾਲ ਕਾਲ ਕੀਤੀ ਸ਼ਿਰਕਤ ਕੀਤੀ ਧੰਨਵਾਦ ਥੈਂਕ ਯੂ ਸੋ ਮਚ ਸਰ ਤੈਂਕੋਜੀ ਆਰ ਜਸਟ ਵੈਜੀ ਦਾ ਮੈਸੇਜ ਅਗਰ ਤੁਸੀਂ ਵੈਜੀ ਬਕਵਾਨ ਖਾੜੀ ਨੇ 905 452 3627 ਤੇ ਤੁਸੀਂ ਜਸਟ ਵੈਜੀ ਨੂੰ ਤੁਸੀਂ ਵਿਜ਼ਿਟ ਕਰਨਾ ਹੈਗਾ 284 ઓરેਂਡਾ રોડ ਬ੍ਰੈਂਟਨ ਦੇ ਉੱਤੇ ਲੋਕੇਟਿਡ ਹੈਗੇ ਨੇ 905 452 3627 ਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਆ ਸਿੰਗਾਪੁਰ ਜੁਵਲਰਜ਼ ਅਗਰ ਤੁਸੀਂ ਸੋਨੇ ਚਾਂਦੀ ਦੇ ਗਹਿਣੇ ਲੈਣੇ ਨੇ ਜਾਂ ਫਿਰ ਨਵੇਂ ਸਾਲ ਦੇ ਉੱਤੇ ਡਾਇਮੰਡ ਦੀ ਜਿਹੜੀ ਰਿੰਗ ਹੈਗੀ ਆ ਉਹ ਤੁਸੀਂ ਆਪਣੇ ਕਿਸੇ ਚਾਹਤੇ ਨੂੰ ਗਿਫਟ ਕਰਨੀ ਆ ਤਾਂ ਸਿੰਗਾਪੁਰ ਜੁਵਲਰ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ 905 612 1500 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਪੰਜਾਬ ਸਪੋਰਟਸ ਤੁਸੀਂ ਕੋਈ ਵੀ ਜੀ ਵਰਦੀਆਂ ਬਣਾਉਣੀਆਂ ਹੈਗੀਆਂ ਨੇ ਚਾਹੇ ਉਹ ਸਪੋਰਟਸ ਵੇਅਰ ਹੋਣ ক্রিকেট ਤੇ ਫੁੱਟਬਾਲ ਦੀਆਂ ਟੀਮਾਂ ਦੀਆਂ ਤੇ ਜਾਂ ਫਿਰ ਤੁਸੀਂ ਟਰੋਫੀਸ ਦੇਣੀਆਂ ਹੈਗੀਆਂ ਨੇ ਉਹਦੇ ਲਈ ਵੀ ਤੁਸੀਂ ਪੰਜਾਬ ਸਪੋਰਟਸ ਨੂੰ ਵਿਜ਼ਿਟ ਕਰਨਾ 905 789 7664 ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ 9057897642 ਦੇ ਉੱਤੇ ਤੁਸੀਂ ਫੋਨ ਕਰ ਸਕਦੇ ਹੋ ਟੈਲੀ ਟਾਈਮ ਇਲੈਕਟ੍ਰੋਨਿਕਸ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਹੈਗੀਆਂ ਨੇ ਜਿੱਥੇ ਆਲਰੇਡੀ ਬਾਕਸਿੰਗ ਸੇਲ ਦੀਆਂ ਸੇਵਾਵਾਂ ਲਗੀਆਂ ਹੋਈਆਂ ਨੇ ਤੁਸੀਂ ਡਿਸਕਾਊਂਟਡ ਪ੍ਰਾਈਸ ਜਿਹੜੇ ਜੀ ਲੈ ਸਕਦੇ ਹੋ ਟੀਵੀ ਲੈਣੇ ਹੈਗੇ ਫ੍ਰਿਜ ਲੈਣੀ ਹੈਗੀ ਆ ਜਾਂ ਫਿਰ ਕੋਈ ਵੀ ਇਲੈਕਟ੍ਰੋਨਿਕਸ ਅਪਲੈਂਸਸ ਲੈਣੇ ਹੈਗੇ ਤੇ ਤੁਸੀਂ ਪਹੁੰਚਣਾ ਹੈਗਾ ਟੈਲੀ ਟਾਈਮ ਇਲੈਕਟ੍ਰੋਨਿਕਸ 9052735550 ਦੇ ਉੱਤੇ ਗੱਲਬਾਤ ਕਰੋ ਔਰ ਫ੍ਰੀ ਦੇ ਵਿੱਚ ਜਿਹੜਾ ਜੀ ਇੱਕ ਗਿਫਟ ਤੁਹਾਨੂੰ ਜ਼ਰੂਰ ਮਿਲੂਗਾ ਵਤਨੋਂ ਦੂਰ ਦੇ ਤੁਸੀਂ ਕੋਈ ਵੀ ਉੱਥੇ ਪਰਚੇਜ਼ ਕਰੋਗੇ ਤੇ ਵਤਨੋਂ ਦੂਰ ਦਾ ਹਵਾਲਾ ਦਿਓਗੇ ਤਾਂ ਇੱਕ ਫ੍ਰੀ ਗਿਫਟ ਜਿਹੜਾ ਹੈਗਾ ਜੀ ਆਪ ਜੀ ਨੂੰ ਜ਼ਰੂਰ ਮਿਲੇਗਾ ਜੀ ਰਮਨ ਜੀ ਜੀ ਪਵਨ ਜੀ ਜੇ 크리스마ਸ ਦੀ ਸੇਲ ਦੀ ਗੱਲ ਕਰੀਏ ਤੇ ਆਫਰਸ ਬਹੁਤ ਵਧੀਆ ਲੱਗੀਆਂ ਹੋਈਆਂ ਨੇ ਪੰਜਾਬ ਟੈਕਸਟਾਈਲ ਦੇ ਤੇ ਇੱਥੇ ਗਰਮ ਸੂਟ ਸਟਿਚ ਤੇ ਅਨਸਟਿਚ ਕੱਪੜੇ ਤੁਹਾਨੂੰ ਮਿਲਣਗੇ ਵੈਲਵਟ ਦੇ ਖਾਸ ਕਰਕੇ ਇੱਥੇ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਸ਼ਰਾਰੀ ਸੂਟ ਦੀ ਜੇ ਅਗਰ ਗੱਲ ਕਰਾਂ ਤੇ 25 ਡਾਲਰ ਸਿਰਫ 25 25 ਡਾਲਰ ਤੋਂ ਪਸ਼ਮੀਨਾ ਸੂਟ 5 ਯਾਰਡ ਕੱਪੜਾ ਸਿਰਫ 15 ਡਾਲਰ ਤੇ ਮਿਲ ਜਾਊਗਾ ਸਵੈਟਰ ਤੇ ਸ਼ਾਲਾਂ ਦੀ ਵੀ ਜਿਹੜੀ ਭਾਰੀ ਸੇਲ ਲੱਗੀ ਹੋਈ ਹੈ ਤੇ 416 417 2218 416 417 2218 ਤੇ ਪੰਜਾਬ ਟੈਕਸਟਾਈਲ ਤੋਂ ਤੁਸੀਂ ਗਰਮ ਕਪੜੇ ਵਧੀਆ ਰੇਟਾਂ ਤੇ ਲੈ ਸਕਦੇ ਹੋ 크리스마ਸ ਦਾ ਮੌਕਾ ਹੈ ਜੀ ਤੁਸੀਂ ਆਫਰ ਦਾ ਫਾਇਦਾ ਲਓ ਤੇ ਇਹਨਾਂ ਨਾਲ ਗੱਲਬਾਤ ਕਰੋ ਤੇ ਪਾਪਾ ਜੀ ਇੱਕ ਸਵਾਲ ਹੋਰ ਮਨਚ ਸੀਗਾ ਮੇਰੇ ਜਿਹੜੀ ਇਹਨਾਂ ਨੇ ਭਾਜੀ ਨੇ ਡਿਸਕਸ ਕੀਤੀ ਕਹਾਣੀ ਮਨਜੀਤ ਜੀ ਨੇ ਹਾਂ ਜੀ ਤੇ ਪਾਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਪੂਰਾ ਪਲਾਨਡ ਸੀਗੀ ਹਨਾ ਪੂਰੀ ਪਲਾਨਡ ਜਿਹੜਾ ਚੋਰੀ ਹੋਈ ਹੈ ਪੂਰੀ ਪਲਾਨਡ ਸੀ ਬਿਲਕੁਲ ਜੀ ਤੇ ਦੋ ਤਿੰਨ ਦਿਨ ਤਾਂ ਫਿਰ ਵੀ ਅਗਲਾ ਲਾਉਂਦਾ ਹੀ ਆ ਦੇਖਣ ਨੂੰ ਕਿ ਪਹਿਲਾਂ ਅਸੀਂ ਇਹਨਾਂ ਨੂੰ ਥੋੜਾ ਵਾਚ ਕਰੀਏ ਦੇਖੀਏ ਤੁਸੀਂ ਨੋਟਿਸ ਕੀਤਾ ਕਿ ਤੁਹਾਨੂੰ ਕੋਈ ਵਾਚ ਕਰ ਰਿਹਾ ਜਾਂ ਕੋਈ ਕੋਈ ਆਲੇ-ਦੋਲੇ ਤੁਹਾਡੇ ਖਬਰ ਰੱਖ ਰਿਹਾ ਤੁਹਾਡੀ ਦੇਖ ਵੈਸੇ ਵਿంటర్ ਦਾ ਸੀਜ਼ਨ ਚੱਲ ਰਿਹਾ ਡੇ ਟਾਈਮ ਦੀ ਜਿਹੜੀ ਲੈਂਥ ਆ ਇਟਸ ਆਲਰੇਡੀ ਵੈਰੀ ਸ਼ਾਰਟ ਸਾਬ ਤਵਜੇ ਤੇ ਜਾ ਕੇ ਦਿਨ ਚੜਦਾ ਜੀ 9 10 ਵਜੇ ਆਫਿਸ ਨੂੰ ਨਿਕਲੀਦਾ ਬੱਚੇ ਨੇ ਸਕੂਲ ਜਾਣਾ ਆਪਣੀ ਰੂਟੀਨ ਫੋਨਸ ਆ ਬੈਕ ਹੋਮ ਟੂ ਪੇਰੈਂਟਸ ਔਰ ਬ੍ਰਦਰ ਸਿਸਟਰ ਯਰ ਕਲੈਂਟਸ ਤੇ ਆਫਿਸ ਆ ਕੇ ਬੈਠ ਗਏ ਰਾਤ ਨੂੰ 7 8 ਵਜੇ ਵਾਪਸ ਘਰ ਗਏ ਜਾ ਕੇ ਦੰਨ ਕੀਤਾ ਖਾਦਾ ਪੀਤਾ ਸੋ ਗਏ ਹਾਂਜੀ ਸੋ ਕੈਮਰੇਸ ਤਾਂ ਅਸੀਂ ਲਵਾਏ ਹੋਏ ਆ ਜਸਟ ਇਹ ਕੀ ਸਾਡੇ ਘਰ ਦੇ ਸਰਾਊਂਡਿੰਗ ਕੋਈ ਹਾਂ ਕੋਈ ਕੁਝ ਹੈ ਤੇ ਨਹੀਂ ਇਹੋ ਜਿਹਾ ਕੋਈ ਜੀ ਕੋਈ ਕੋੂੜਾ ਘਰ ਘਟ ਸੁੱਟ ਜਿਵੇਂ ਅੱਜਕੱਲ ਬ੍ਰਾਮਟਨ ਜਿਹਾ ਲੋਕੀ ਆਪਣੇ ਘਰਾਂ ਦੇ ਘਾਰ ਵੀ ਦੂਜਿਆਂ ਦੇ ਘਰਾਂ ਦੇ ਬਾਹਰ ਥਰੋ ਕਰ ਦਿੰਦੇ ਆ ਨੇ ਹਾਂਜੀ 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 ਰਾਈਟ ਸੋ ਇਦਾਂ ਦੀਆਂ ਇੰਨੀ ਐਥ ਸਿਕਿਉਰਟੀ ਸਿਸਟਮ ਆਪਣੀ ਪੀਸ ਆਫ ਮਾਈਂਡ ਲਈ ਲਵਾਇਆ ਪਰ ਇਹਦਾ ਵੀ ਮੈਂ ਤੇ ਦੇਖਿਆ ਕਿ ਇੰਨਾ ਕੈਮਰਿਆਂ ਦਾ ਵੀ ਡਰ ਹੈ ਨਹੀਂ ਕਿਸੇ ਨੂੰ ਹਾਂਜੀ ਕਿ एवरीथिंग ਮੋਨੀਟਰ ਹੋ ਰਿਹਾ ਬਟ ਮੈਂ ਕਦੀ ਇਹਨਾਂ ਚੀਜ਼ਾਂ ਲਈ ਮੇਰੇ ਕੋਲ ਟਾਈਮ ਹੀ ਨਹੀਂ ਕਿ ਮੈਂ ਪਲੇ ਬੈਕ ਕਰਕੇ ਕੈਮਰੇ ਦੇਖਾਂ ਕਿ ਮੈਨੂੰ ਕੋਈ ਚੇਤ ਕਰ ਰਿਹਾ ਕਿ ਨਹੀਂ ਜਿਹੜਾ ਉਹਨਾਂ ਦਾ ਕਹਿਣ ਦਾ ਕਿ ਅਬਜ਼ਰਵ ਨਹੀਂ ਹੋਇਆ ਕਿਉਂਕਿ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ 5 ਵਜੇ ਹਨੇਰਾ ਹੀ ਹੋ ਜਾਂਦਾ ਹੈਗਾ ਤੇ ਆਪਾਂ ਆਪਣੇ ਆਪ ਕੰਮਾਂ ਦੇ ਵਿੱਚ ਇਹ ਚੀਜ਼ ਹੋ ਜਾਂਨੇ ਉਹ ਤੇ ਰਮਨ ਕਿਉਂਕਿ ਇਹ ਇਹ ਜਿਹੜਾ ਸਿਸਟਮ ਹੈਗਾ ਨਾ ਜੀ ਟੈਕਨੋਲੋਜੀ ਦਾ ਹਾਂ ਤੁਹਾਡੀ ਗੱਲ ਵੀ ਸਹੀ ਹੈ ਕਿਉਂਕਿ ਉਹਨਾਂ ਨੇ ਵੀਕਐਂਡ ਚੁਣਿਆ ਉਹਨਾਂ ਨੂੰ ਪਤਾ ਹੈਗਾ ਕਿ ਲੋਕ ਥੋੜਾ ਜਿਹਾ ਲੇਟ ਉੱਠਦੇ ਨੇ ਕੰਮ ਕਰਨ ਤੇ ਲੇਟ ਜਾਂਦੇ ਆ ਬੱਚਿਆਂ ਨੇ ਸਕੂਲ ਨਹੀਂ ਜਾਣਾ ਹੁੰਦਾ ਉਸ ਚੀਜ਼ ਕਰਕੇ ਇਹ ਚੀਜ਼ ਹੋ ਸਕਦੀ ਆ ਪਰ ਇਸ ਵੇਲੇ ਤਾਂ ਇਹ ਹਾਲਾਤ ਹੋਏ ਨੇ ਕਿ ਜੀ ਦਿਨ ਦਿਹਾੜੇ ਵਾਜ਼ਿਆਂ ਦੇ ਬਾਹਰੋਂ ਜਿਹੜੀਆਂ ਹੈਗੀਆਂ ਜੀ ਗੱਡੀਆਂ ਉਹ ਚੋਰੀ ਹੋ ਸਕਦੀਆਂ ਨੇ ਹੋ ਰਹੀਆਂ ਨੇ ਤੇ ਇਸ ਕਰਕੇ ਲਾਅ ਐਂਡ ਆਰਡਰ ਦਾ ਜਿਹੜਾ ਜੀ ਮਸਲਾ ਹੈਗਾ ਜੀ ਉਹਨੂੰ ਆਪਾਂ ਜ਼ਰੂਰ ਕਹਿ ਸਕਦੇ ਆ ਕਿ ਉਹਨੂੰ ਹੈਂਡਲ ਕਰਨਾ ਚਾਹੀਦਾ ਔਰ ਸਾਡੇ ਨਾਲ ਇੱਕ ਸਾਡੇ ਹੋਰ ਕਾਲਰ ਵੀ ਜੁੜੇ ਨੇ ਜੀ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਆ ਜੀ ਸਵਾਗਤ ਆਪ ਜੀ ਦਾ ਚਲੋ ਜੀ ਮੈਂ ਆਪਣਾ ਮਨਜੀਤ ਜੀ ਨਾਲ ਗੱਲ ਕਰਨੀ ਹੈ ਮਨਜੀਤ ਵੀਰ ਜੀ ਨਾਲ ਹਾਂਜੀ ਮਨਜੀਤ ਜੀ ਇੱਥੇ ਨੇ ਜੀ ਔਨ 에ਅਰ ਨੇ ਤੁਸੀਂ ਕਰੋ ਗੱਲ ਹਾਂਜੀ ਸੱਚ ਗੱਲ ਜੀ ਹਾਂਜੀ ਮਨਜੀਤ ਜੀ ਮੈਂ ਹੈਲੋ ਮਨਜੀਤ ਜੀ ਹਾਂਜੀ ਮੈਂ ਇੰਦਰ ਗੋਲ ਬੋਲ ਰਿਹਾ ਜੀ ਹਾਂਜੀ ਇੰਦਰ ਜੀ ਹਾਂਜੀ ਮੰਜੀ ਜੀ ਪਤਾ ਲੱਗਿਆ ਤੁਹਾਡੇ ਕਾਰ ਦੇ ਬਾਰੇ ਆਪਣੀ ਥੋੜੀ ਬੋੜੀ ਵੈਸੇ ਗੱਲ ਵੀ ਹੋਈ ਐ ਤੇ ਬੜਾ ਅਨਫੋਰਚੂਨੇਟ ਇਨਸੀਡੈਂਟ ਸੀਗਾ ਤੇ ਨਾਲੇ ਜੋ ਗੱਲਾਂ ਹੋ ਰਹੀਆਂ ਬ੍ਰਾਮਟਨ ਦੇ ਵਿੱਚ ਜੀ ਉਹਦੇ ਨਾਲ ਅਸੀਂ ਸਾਰੇ ਕਾਫੀ ਮਤਲਬ ਵਰੀਦਾ ਹਾਂਜੀ ਤੇ ਤੁਸੀਂ ਥੋੜਾ ਆਈ ਡੋਟ ਨੋ ਮੈਂ ਹੁਣੀ ਰੇਡੀਓ ਲਗਾਇਆ ਹੋ ਸਕਦਾ ਮੈਂ ਮਿਸ ਕਰ ਜਾਵਾਂ ਤੁਸੀਂ ਥੋੜਾ ਦੱਸੋਗੇ ਵੀ ਇਹ ਤੁਹਾਨੂੰ ਗੱਡੀ ਲੱਭਣ ਦੇ ਵਿੱਚ ਪੁਲਿਸ ਦੀ ਕਿੰਨੀ ਕ ਹੈਲਪ ਹੋਈ ਸਿਸਟਮ ਦੀ ਕਿੰਨੀ ਕ ਹੈਲਪ ਹੋਈ ਕਿਦਾਂ ਤੁਸੀਂ ਪੁਲਿਸ ਕਾਰ ਨੂੰ ਲੋਕੇਟ ਕਰ पाए ਦੇਖੋ ਜੀ ਮੈਂ ਸਾਰਿਆਂ ਤੋਂ ਪਹਿਲਾਂ ਤਾਂ 911 ਤੇ ਕਾਲ ਕੀਤੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਕੋਈ ਅਮਰਜੈਂਸੀ ਕਾਲ ਆ ਤੇ ਮੈਂ ਕਿਹਾ ਮੇਰੀ ਗੱਡੀ ਚੋਰੀ ਹੋ ਗਈ ਆਈ ਡੋਨਟ ਨੋ ਸਮਰਜੈਂਸੀ ਆ ਜਾਂ ਨੌਨ ਕਹਿੰਦੇ ਇਹਨੂੰ ਅਸੀਂ ਨੌਨ ਅਮਰਜੈਂਸੀ ਕਾਲ ਕਨਸਿਡਰ ਕਰਦੇ ਠੀਕ ਹੈ ਤੇ ਉਹਨਾਂ ਨੇ ਮੈਨੂੰ ਇੱਕ ਨੰਬਰ ਦਿੱਤਾ ਕਿ ਉਸ ਨੰਬਰ ਤੇ ਕਾਲ ਕਰ ਲਓ ਠੀਕ ਹੈ ਮੈਂ ਉਸ ਨੰਬਰ ਤੇ ਕਾਲ ਕੀਤੀ ਤੇ ਮੈਨੂੰ ਆਲਮੋਸਟ 25 30 ਮਿੰਟ ਲਾਈਨ ਵੇਟ ਕਰਨੀ ਪਈ ਕਨੈਕਟ ਹੋਣ ਅੱਛਾ ਜੀ ਤੇ ਜਦੋਂ ਮੇਰੀ ਲਾਈਨ ਕਨੈਕਟ ਹੋਈ ਫਿਰ ਉਹਨਾਂ ਨੂੰ ਮੈਂ ਸਾਰਾ ਦੱਸਿਆ ਆਪਣਾ ਘਰ ਦਾ ਐਡਰੈਸ ਵਗੈਰਾ ਗੱਡੀ ਦਾ ਨੰਬਰ ਕਲਰ ਮਾਡਲ ਕੀਆ ਉਹ ਸਾਰੀ ਇਨਫਰਮੇਸ਼ਨ ਦਿੱਤੀ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਮੈਨੂੰ ਕੋਈ ਦਾ ਟ੍ਰੈਕਿੰਗ ਨੰਬਰ ਦੇ ਦਿਓ ਵੀ ਜਿਹੜਾ ਮੈਨੂੰ ਮੇਰੀ ਐਫਆਈਆਰ ਟਰੈਕ ਕਰਨ ਲਈ ਮੈਂ ਤੁਹਾਡੇ ਕੋਲ ਪੁੱਛ ਰਿਹਾ ਕਹਿੰਦੇ ਜਦ ਤੱਕ ਸਾਡਾ ਕੋਈ ਆਫੀਸਰ ਨਹੀਂ ਆਉਂਦਾ ਤੁਹਾਡੇ ਘਰ ਵਿਜ਼ਿਟ ਨਹੀਂ ਕਰਦਾ ਹਮ ਅਸੀਂ ਤੁਹਾਨੂੰ ਪੁਲਿਸ ਅਕਰੈਂਸ ਨੰਬਰ ਜਿਹੜਾ ਹੁੰਦਾ ਉਹ ਅਸੀਂ ਦੇ ਨਹੀਂ ਸਕਦੇ ਕਿ ਉਹ ਆਫੀਸਰ ਹੀ ਤੁਹਾਨੂੰ ਆਉਣਗੇ ਤੇ ਉਹ ਹੀ ਦੇਣਗੇ ਜੀ ਤੇ ਚਲੋ ਫੋਰਚਨਟਲੀ ਡੇਢ ਘੰਟੇ ਦੀ ਵੇਟ ਬਾਅਦ ਪੁਲਿਸ ਅਫਸਰ ਸੁINDER ਜੀ ਕੇ ਐਵਰੇਜ 1.5 ਘੰਟੇ ਦੇ ਵਿੱਚ ਜਿਹੜੀ ਪੁਲਿਸ ਇਹਨਾਂ ਦੇ ਘਰੇ ਆ ਗਈ ਤੇ ਫਿਰ ਆ ਕੇ ਉਹਨਾਂ ਨੇ ਜਿਹੜੀ ਆਪਣੀ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਕੀਤੀ ਔਰ ਅਸੀਂ ਇਸ ਸਟੋਰੀ ਨੂੰ ਪਹਿਲਾਂ ਵੀ ਜਿਹੜਾ ਜੀ ਜ਼ਿਕਰ ਕੀਤਾ ਹੈਗਾ ਤੁਸੀਂ ਵੀ ਸਮਾਜ ਦੇ ਵਿੱਚ ਵਿਚਰਦੇ ਹੈਗੇ ਹੋ ਔਰ ਤੁਹਾਡੀ ਵੀ ਸਮਾਜਿਕ ਮੁੱਦਿਆਂ ਦੇ ਉੱਤੇ ਪਕੜ ਰਹੀਦੀ ਹੈਗੀ ਆ ਗੱਲਬਾਤ ਆਪਾਂ ਇਹੀ ਕਰ ਰਹੇ ਹਾਂ ਕਿ ਇਹੋ ਜਿਹੀਆਂ ਪਹਿਲੀ ਗਲਤਾਂ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਕਿਉਂ ਹੋ ਰਹੀਆਂ ਨੇ ਕੌਣ ਲੋਕ ਇਹਦੇ ਵਿੱਚ ਜ਼ਿੰਮੇਵਾਰ ਨੇ ਤੇ ਕਿਵੇਂ ਇਹਨੂੰ ਆਪਾਂ ਕੰਟਰੋਲ ਕੀਤਾ ਜਾ ਸਕਦਾ ਤੁਸੀਂ ਵੀ ਥੋੜਾ ਜਿਹਾ ਇਹਦੇ ਉੱਤੇ ਆਪਣੀ ਜਿਹੜੇ ਹੈਗੇ ਜੀ ਵਿਚਾਰ ਸਾਂਝੇ ਕਰੋ ਆ ਦੇਖੋ ਏਦਾਂ ਜੀ ਆਪਾਂ ਸਾਰੇ ਮੈਨੂੰ ਲੱਗਦਾ ਵੀ ਅੱਜ ਦੀ ਡੇਟ ਦੇ ਵਿੱਚ ਕੋਈ ਆਪਣੀ ਕਮਿਊਨਿਟੀ ਦਾ ਐਸਾ ਬੰਦਾ ਨਹੀਂ ਹੈਗਾ ਜਿਹੜਾ ਕਿ ਇਹਦੇ ਬਾਰੇ ਨਹੀਂ ਸੋਚ ਰਿਹਾ ਜੀ ਹਰ ਬੰਦਾ ਇਸ ਚੀਜ਼ ਤੋਂ ਉਹ ਅਗਰ ਉਹ ਬੰਦਾ ਖੁਦ ਅਫੈਕਟਡ ਨਹੀਂ ਹੈ ਉਹਦੀ ਫੈਮਿਲੀ ਉਹਦਾ ਫਰੈਂਡ ਕੋਈ ਨਾ ਕੋਈ ਇਸ ਚੀਜ਼ ਤੋਂ ਅਫੈਕਟਡ ਹੈ ਤੇ ਅਸੀਂ ਸਾਰੇ ਕਨਸਟੈਂਟਲੀ ਇਸੀ ਚੀਜ਼ ਨੂੰ ਸੋਚ ਰਿਹਾ ਵੀ ਇਹਦਾ ਹੱਲ ਕੀ ਹੈ ਹਾਂਜੀ ਅਸੀਂ ਜੀ ਠੀਕ ਹੈ ਵੀ ਇੱਕ ਲਿਹਾਜ਼ ਨਾਲ ਅਸੀਂ ਪੁਲਿਸ ਤੋਂ ਥੋੜਾ ਜਿਆ ਇਸ ਚੀਜ਼ ਤੋਂ ਤੁਸੀਂ ਅਫਸਰਟ ਕਹਿ ਸਕਦੇ ਹੋ ਜਾਂ ਸਾਡੀ ਬੀਫ ਕਹਿ ਸਕਦੇ ਹੋ ਪੁਲਿਸ ਨਾਲ ਵੀ ਥੋੜਾ ਜਿਆ ਹੋਰ ਪ੍ਰੋਐਕਟਿਵ ਹੋਵੇ ਜਾਂ ਪੁਲਿਸ ਥੋੜਾ ਜਿਆ ਮੋਰ ਇਹਨੂੰ ਐਕਟਿਵਲੀ ਲਵੇ ਲੇਕਿਨ ਅਸੀਂ ਉਹਨਾਂ ਦੀਆਂ ਰਿਸਪੌਂਸਿਬਿਲਟੀਜ਼ ਜਾਂ ਹੋਰ ਉਹਨਾਂ ਦੇ ਜਿਹੜੇ ਜਿਆਦਾ ਇੰਪੋਰਟੈਂਟ ਇਸ਼ੂਜ਼ ਆ ਉਹਨਾਂ ਦੇ ਉਹਨੂੰ ਵੀ ਸਮਝਦੇ ਆ ਪਰ ਇੰਦਰਜੀ ਦੇਖੋ ਇਹ ਇਹ ਵੀ ਇਹ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਔਰ ਮਹੀਨੇ ਦੇ ਵਿੱਚ 5 500 ਗੱਡੀਆਂ ਜਿਹੜੀਆਂ ਜੇ ਚੋਰੀ ਹੋਣੀਆਂ ਉਹ ਕੋਈ ਛੋਟਾ ਨੰਬਰ ਨਹੀਂ ਹੈਗਾ ਵੀ ਆਪਾਂ ਇਹਨੂੰ ਐਜ਼ ਇਗਨੋਰ ਨਹੀਂ ਕਰ ਸਕਦੇ ਤੇ ਕਿਵੇਂ ਆਪਾਂ ਇਹਨੂੰ ਕਹਿ ਸਕਦੇ ਆ ਕਿ ਇਹ ਇਹ ਇੱਕ ਜਿਹੜਾ ਨੋਨ ਇੰਪੋਰਟੈਂਟ ਚੀਜ਼ ਹੈਗੀ ਆ ਤੇ ਜੇ ਮੈਂ ਹੁਣ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀਗਾ ਕਿ ਜਦੋਂ ਜੇ ਮੰਨ ਲਓ ਬ੍ਰੈਂਟਨ ਮਿਸਿਸਾਗਾ ਦੇ ਵਿੱਚ ਜਨਸੰਖਿਆ ਵਧੀ ਹੈ ਲੋਕਾਂ ਦੀ ਪਿਛਲੇ 4-5 ਸਾਲ ਦੇ ਵਿੱਚ ਤੇ ਟੈਕਸ ਪੇਅਰ ਵੀ ਵਧੇ ਨੇ ਜੇ ਟੈਕਸ ਪੇਅਰ ਵਧੇ ਹੈਗੇ ਆ ਤੇ ਫਿਰ ਉਹਨਾਂ ਨੂੰ ਸਹੂਲਤਾਂ ਕਿਉਂ ਨਹੀਂ ਮਿਲ ਰਹੀ ਆਪਾਂ ਇਹ ਬਹਾਨਾ ਪਾ ਲਈਏ ਕਿ ਜੀ ਸਾਡੇ ਕੋਲ ਪੁਲਿਸ ਘਟ ਹੈਗੀ ਆ ਨਫਰੀ ਘਟ ਹੈਗੀ ਆ ਨੰਬਰ ਚ ਘਟ ਹੈਗੇ ਨੇ ਇਹ ਕਿੰਨਾ ਕੁ ਜਾਇਜ਼ ਆ ਨਹੀਂ ਮੈਨੂੰ ਲੱਗਦਾ ਵੀ ਜਾਇਜ਼ ਤਾਂ ਨਹੀਂ ਹੈਗਾ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਤੁਸੀਂ ਯੂ ਹੈ ਪੁਟਡ ਵੈਰੀ ਐਪਟਲੀ ਹਾਂ ਜੀ ਵੀ ਇਹ ਜਾਇਜ਼ ਤਾਂ ਨਹੀਂ ਹੈਗਾ ਵੀ ਐਕਸਪੈਕਟ ਬੈਟਰ ਲੇਕਿਨ ਚਲੋ ਅਸੀਂ ਮਸ਼ਰੂਮੀਅਤ ਸਮਝ ਸਕਦੇ ਆ ਪਰ ਮੈਂ ਦੇਖੋ ਜਿਹੜੀਆਂ ਇਹ ਕਾਰਸਫਟ ਐਨੀਆਂ ਹੋ ਰਹੀਆਂ ਹਾਂ ਹਾਂ ਜੀ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਸਾਡੇ ਕੋਲ ਕੋਈ ਕਿਸੇ ਕਿਸਮ ਦੇ ਸਟੈਟਸ ਨਹੀਂ ਹੈ ਲੇਕਿਨ ਬਿਨਾ ਕਿਸੇ ਕੋਈ ਸਮ ਕਿਤੇ ਨਾ ਕਿਤੇ ਕੋਈ ਅੰਡਰਸਟੈਂਡਿੰਗ ਤੋਂ ਬਿਨਾ ਇਹ ਕੰਮ ਐਡੇ ਵੱਡੇ ਲੈਵਲ ਤੇ ਉਹ ਐਨੇ ਹਾਈ ਨੰਬਰ ਦੇ ਵਿੱਚ ਨਹੀਂ ਹੋ ਸਕਦਾ ਨਹੀਂ ਆਪਾਂ ਉਹੀ ਕਹਿੰਨੇ ਨਾ ਜੀ ਇੰਦਰ ਜੀ ਕਿ ਦੇਖੋ ਰਿਪੀਟਿਡਲੀ بار بار ਇਹ ਕ੍ਰਾਈਮ ਹੋ ਰਿਹਾ ਔਰ ਪਿਛਲੇ 2 ਸਾਲਾਂ ਤੋਂ ਹੋ ਰਿਹਾ ਜੀ ਇਹੋ ਜਿਹਾ ਕਿਹੜਾ ਸਿਸਟਮ ਹੈਗਾ ਆ ਜਿਹਨੂੰ ਆਪਾਂ ਕ੍ਰੈਕ ਨਹੀਂ ਕਰ ਪਾ ਰਹੇ ਇਹ ਗੱਡੀਆਂ ਬਾਹਰ ਜਾ ਰਹੀਆਂ ਨੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰੀ ਸਾਰੇ ਲੋਕਾਂ ਨੂੰ ਪਤਾ ਕਿ ਜੀ ਕਿਵੇਂ ਮੌਂਟਰੀਅਲ ਤੋਂ ਗੱਡੀਆਂ ਸ਼ਿਪ ਹੁੰਦੀਆਂ ਨੇ ਤੇ ਫਿਰ ਬਾਹਰ ਚਲੀਆਂ ਜਾਂਦੀਆਂ ਨੇ ਜਦ ਤੁਹਾਨੂੰ ਪਤਾ ਮੈਨੂੰ ਪਤਾ ਆ ਤੇ ਫਿਰ ਇਹਨੂੰ ਰੋਕਣ ਦੇ ਲਈ ਕੀ ਸਾਡੀ ਜਿਹੜੀ ਪ੍ਰਸ਼ਾਸਨ ਹੈ ਸਾਡੀਆਂ ਏਜੰਸੀਆਂ ਹੈਗੀਆਂ ਉਹ ਇੰਨੀਆਂ ਬੇਵੱਸ ਹੈਗੀਆਂ ਕਿ ਇਹਨਾਂ ਨੇ ਲੋਕਾਂ ਨੂੰ ਬੇਵੱਸ ਬਣਾਇਆ ਹੋਇਆ ਦੇਖੋ ਜੀ ਮੈਨੂੰ ਜੋ ਚੀਜ਼ ਨਜ਼ਰ ਆਂਦੀ ਹੈ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਅਗਰੋ ਪੋਲੀਟੀਸ਼ੀయన్స్ ਨੇ ਮੈਂ ਇਹ ਨੋਟ ਕੀਤਾ ਹੈਗਾ ਵੀ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂਜ਼ ਐ ਚਾਹੇ ਔਇਲ ਕੰਪਨੀਆਂਜ਼ ਐ ਚਾਹੇ ਕੋਈ ਹੋਰ ਕੰਪਨੀਆਂਜ਼ ਐ ਉਹਨਾਂ ਦਾ ਬੜਾ ਦਬਦਬਾ ਹੁੰਦਾ ਜੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂਜ਼ ਆ ਅਗਰੋ ਪੋਲੀਟੀਸ਼ੀయన్స్ ਨੂੰ ਇੱਕ ਵਾਰੀ ਇਹ ਕਰਦੇ ਨੇ ਵੀ ਤੁਸੀਂ ਇਹਦਾ ਹੱਲ ਲੱਭਣਾ ਹਾਂਜੀ ਤੇ ਅਸੀਂ ਵੀ ਕੈਨ ਟੇਕ ਇਟ ਐਨੀ ਮੋਰ ਬਿਲਕੁਲ ਠੀਕ ਐ ਤੇ ਮੈਨੂੰ ਨਹੀਂ ਖਿਆ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ ਨਾ ਰੁਕੇ ਜੋ ਬਿਲਕੁਲ ਲੱਗਦਾ ਵੀ ਇੰਸ਼ੋਰੈਂਸ ਕੰਪਨੀਆਂ ਵੀ ਪ੍ਰੋਐਕਟਿਵ ਨਹੀਂ ਐਕਟ ਕਰ ਰਹੀਆਂ ਪਰ ਹੁਣ ਜਿਹੜੇ ਨੰਬਰ ਦੇਖੋ ਕੱਲਾ ਇਹ ਕਾਰਾਂ ਦੀ ਚੋਰੀ ਦਾ ਨੰਬਰ ਨਹੀਂ ਆ ਇਹਦੇ ਨਾਲ ਸਾਡੀ ਸੇਫਟੀ ਦਾ ਵੀ ਨੰਬਰ ਆ ਕਿਉਂਕਿ ਹੁਣ ਉਹ ਕਾਰਾਂ ਤੋਂ ਅੱਗੇ ਕਾਰਾਂ ਦੀ ਚਾਬੀ ਲੈਣ ਲਈ ਡੋਰ ਤੋੜਨ ਤੇ ਵੀ ਆ ਗਏ ਆ ਜੀ ਬਿਲਕੁਲ ਬਹੁਤ ਇੰਪੋਰਟੈਂਟ ਇਸ਼ੂ ਤੁਸੀਂ ਇੰਦਰਜੀਤ ਕਿਹਾ ਪਰ ਥੋੜਾ ਜਿਹਾ ਹੁਣ ਸਮਾਂ ਆਪਣਾ ਜੀ ਸਮਾਪਤੀ ਵੱਲ ਆ ਆਪਾਂ ਮੈਨੂੰ ਲੱਗਦਾ ਆਪਾਂ ਇਹਨੂੰ ਕੱਲ ਨੂੰ ਦੁਬਾਰਾ ਇਸ ਸਬਜੈਕਟ ਨੂੰ ਇਹਨਾਂ ਜੀ ਕਰਾਂਗੇ ਤੁਹਾਡੇ ਵਿਚਾਰ ਬਹੁਤ ਸਾਡੇ ਲਈ ਇੰਪੋਰਟੈਂਟ ਚੀਜ਼ਾਂ ਰੱਖਦੇ ਨੇ ਤੁਸੀਂ ਬਹੁਤ ਵਿਚਾਰ ਰੱਖਦੇ ਹੋ ਇਹਨਾਂ ਚੀਜ਼ਾਂ ਦੇ ਉੱਤੇ ਤੇ ਤੁਸੀਂ ਕੱਲ ਕੱਲ ਨੂੰ ਦੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝ ਪਾਈਓ ਤੇ ਆਪਾਂ ਹੁਣ ਤੁਹਾਡੇ ਤੋਂ ਥੋੜੀ ਮੈਂ ਇੱਕ ਚੀਜ਼ ਕਹਿਣਾ ਲਾਸਟ ਚੀਜ਼ ਕਹਿਣਾ ਚਾਹੁੰਦਾ ਜਿਹੜੀ ਕਿ ਪ੍ਰੈਕਟੀਕਲ ਨਹੀਂ ਹੈ ਵੈਸੇ ਮੈਂ ਪਹਿ ओके ਵੀ ਸਾਨੂੰ ਕੋਈ ਇਹੋ ਜਿਹਾ ਤਰੀਕਾ ਲੱਭਣਾ ਪੈਣਾ ਵੀ ਰਾਤ ਨੂੰ ਅਸੀਂ ਕਾਰਾਂ ਚੋਂ ਗੈਸ ਕੱਢ ਲਈਏ ਬੜਾ ਇਮਪ੍ਰੈਕਟੀਕਲ ਹੈ ਬੜਾ ਇਮਪ੍ਰੈਕਟੀਕਲ ਹੈ ਕਿਉਂਕਿ ਇਹ ਜਿੰਨ ਵਿਗੜਦੀ ਸਟਾਰਟ ਹੀ ਨਾ ਹੋਵੇ ਵਿਗੜੀ ਚਾਲ ਡਾਉਂ ਹੋਵੇ ਸਵੇਰੇ ਉਹਨਾਂ ਨੂੰ ਕਿੱਦਾਂ ਕਰੀਏ ਮੈਂ ਮੰਨਦਾ ਕਿ ਸਵੇਰੇ ਗੈਸ ਪਾ ਲਈਏ ਹਾਂ ਉਹ ਰਾਤੀ ਚਲਾ ਕੇ ਨਾ ਲਿਜਾ ਸਕਣ ਬਹੁਤ ਬਹੁਤ ਥੈਂਕ ਯੂ हां जी थैंक यू थैंक यू सनी टाइम दे एंड पर बहुत, बहुत शुक्रिया जी थैंक यू थैंक यू जी सो इंद्र हुणा ने थोड़ा सा लाइट लाइटर नोट ਦੇ ਵਿੱਚ ਮਾਹੌਲ ਨੂੰ ਲਾਈਟਰ ਕਰਨ ਦੀ ਕੋਸ਼ਿਸ਼ ਕੀਤੀ ਆ ਬਹੁਤ ਬਹੁਤ ਮਿਹਰਬਾਨੀ ਆਰ ਇਹ ਸੈਗਮੈਂਟ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਇਹਨਾਂ ਨੇ ਹੋਰ ਵੀ ਸਿਕਿਉਰਟੀ ਵਾਲੀ ਗੱਲਬਾਤ ਕੀਤੀ ਤੇ ਆਪਾਂ ਕੱਲ ਨੂੰ ਇਹਦੇ ਤੇ ਦੁਬਾਰਾ ਗੱਲਬਾਤ ਕਰਾਂਗੇ ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੈਗੀ ਆ ਜੀ ਪਵਨ ਤਲਵਾਰ 647 628 10 83 6476281083 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ ਨਿਊ ਬਿਲਾ ਸਿਲਕ ਐਂਡ ਸਾਰੀਜ਼ ਬ੍ਰੈਮਟਨ ਬਹੁਤ ਹੀ ਸ਼ਾਨਦਾਰ ਜਿਹੜਾ ਜੀ ਸ਼ੋਰੂਮ ਖੁੱਲਿਆ ਹੈਗਾ ਨਿਊ ਬਿਲਾ ਸਿਲਕ ਦਾ ਫਗਵਾੜਾ ਔਰ ਲੁਧਿਆਣਾ ਦੀ ਸ਼ਾਨ ਜਿਹੜੀ ਹੈਗੇ ਜੀ ਨਿਊ ਬਿਲਾ ਸਿਲਕ ਜਿੱਥੋਂ ਤੁਸੀਂ ਆਪਣੇ ਇੰਡੀਅਨ ਸਟਾਈਲ ਕੱਪੜੇ ਇੰਡੀਅਨ ਰੇਟਾਂ ਤੇ ਹੀ ਲੈਣੇ ਨੇ ਤੇ ਪਹੁੰਚਣਾ ਹੈਗਾ ਨਿਊ ਬਿਲਾ ਸਿਲਕ ਐਂਡ ਸਾਰੀਜ਼ 4377776900 ਦੇ ਉੱਤੇ ਤੇ ਸਮਾ ਸਮਾ ਹੋ ਗਿਆ ਜੀ ਸਾਡਾ ਸਮਾਪਤ ਆਪਾਂ ਦੁਬਾਰਾ ਕੱਲ ਨੂੰ ਸੇਮ ਸੈਗਮੈਂਟ ਤੇ ਮਿਲਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜਿੰਦਗੀ ਜਿੰਦਾਬਾਦ